ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਲਾਂਚਪੈਡ ਐਜੂਕੇਸ਼ਨ ਪੰਜਾਬ ਸੋ ਬਿਗਿਨ ਕਰਾਂਗੇ ਨਾਇਬ ਦੇ ਮੌਕ ਟੈਸਟ ਦੇ ਨਾਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 18th ਆਫ ਜੂਨ ਨੂੰ ਤੁਹਾਡਾ ਪੇਪਰ ਹੈ ਸੋ ਜਿਹੜੇ ਹਾਰਡਲੀ 20 ਡੇਜ਼ ਤੁਹਾਡੇ ਕੋਲ ਲਾਸਟ 20 ਡੇਜ਼ ਰਹਿ ਗਏ ਨੇ 2015 ਡੇਜ਼ ਉਹਨਾਂ ਦੇ ਵਿੱਚ ਅਸੀਂ ਡੇਲੀ ਮਾਰਨਿੰਗ 8 ਵਜੇ ਇੱਕ ਮੌਕ ਟੈਸਟ ਲਗਾਇਆ ਕਰਾਂਗੇ ਸੋ ਦੈਟ ਕਿ ਤੁਹਾਡੀ ਜਿਹੜੀ ਰਿਵੀਜ਼ਨ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਜਾਏ ਐਂਡ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡਾ ਕੰਪੋਨੈਂਟ ਕਿਹੜਾ ਵੀਕ ਹੈ ਠੀਕ ਹੈ ਜੀ ਸੋ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਕਨਫਰਮ ਕਰ ਦਿਓ ਆਡੀਓ ਵੀਡੀਓ 'ਚ ਕੋਈ ਇਸ਼ੂ ਤਾਂ ਨਹੀਂ ਹੈ ਠੀਕ ਹੈ ਜੀ ਐਂਡ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰ ਆਵਾਂਗੇ ਵੈਰੀ ਗੁੱਡ ਮਾਰਨਿੰਗ ਜੀ ਹਿਮਾਂਸ਼ੂ ਵੈਲਕਮ ਟੂ ਦ ਕਲਾਸ ਹਾਂਜੀ ਇੱਕ ਵਾਰੀ ਕਨਫਰਮ ਕਰ ਦਿਓ ਆਡੀਓ ਵੀਡੀਓ 'ਚ ਕੋਈ ਇਸ਼ੂ ਤਾਂ ਨਹੀਂ ਹੈ ਥੰਬਸ ਅਪ ਦੇ ਦਿਓ ਅਗਰ ਕੋਈ ਦਿੱਕਤ ਨਹੀਂ ਹੈਗੀ ਤਾਂ ਫਿਰ ਆਪਾਂ ਪ੍ਰੋਸੀਡ ਔਨ ਕਰਾਂਗੇ ਅਗਰ ਕੋਈ ਇਸ਼ੂ ਆ ਰਿਹਾ ਹੈ ਤਾਂ ਉਹ ਵੀ ਦੱਸ ਦਿਓ ਨਹੀਂ ਤਾਂ ਫਿਰ ਬਹੁਤ ਵਧੀਆ ਗੱਲ ਹੈ ਓਕੇ ਯੈਸ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸੋ ਮੱਚ ਹਿਮਾਂਸ਼ੂ ਮੀਨਸ ਅ ਲੋਟ ਠੀਕ ਹੈ ਜੀ ਓਕੇ ਸੋ ਸਭ ਤੋਂ ਪਹਿਲਾਂ ਹੁਣ ਅਸੀਂ ਗੱਲ ਕਰਦੇ ਹਾਂ ਕਿਹੜੇ ਕਿਹੜੇ ਤੁਹਾਡੇ ਕੋਲ ਐਗਜ਼ਾਮਸ ਪੈਂਡਿੰਗ ਨੇ ਜਿਹੜੇ ਲਾਈਨਡ ਅਪ ਨੇ ਬੇਸਿਕਲੀ ਓਕੇ ਠੀਕ ਹੈ ਜੀ 18th ਆਫ ਜੂਨ ਨੂੰ ਆਪਣਾ ਨਾਇਬ ਦਾ ਪੇਪਰ ਹੈ ਦੈਨ ਉਸ ਤੋਂ ਬਾਅਦ ਕਲਰਕ ਕਮ ਡੀਓ 25 ਜੂਨ 16 ਜੁਲਾਈ ਨੂੰ PSSB ਕਲਰਕ ਠੀਕ ਹੈ ਜੀ ਇਹ ਸਾਰੇ ਜਿਹੜੇ ਦੋ ਤਿੰਨ ਐਗਜ਼ਾਮਸ ਨੇ ਜਿਹੜੇ ਲਾਈਨਡ ਅਪ ਨੇ ਪਲੱਸ ਉਹਦੇ ਨਾਲ ਨਾਲ ਤੁਹਾਡਾ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ ਵੀ ਅਨਾਊਂਸ ਹੋ ਚੁੱਕਾ ਹੈ ਕਿ ਜੂਨ ਦੇ 3rd ਵੀਕ ਤੋਂ ਸਟਾਰਟ ਹੋ ਜਾਣਗੀਆਂ ਸੋ ਮਤਲਬ ਤੁਹਾਡੇ ਕੋਲ ਇੰਨੀਆਂ ਸਾਰੀਆਂ ਓਪਰਚੁਨਿਟੀਜ਼ ਨੇ ਕਿ ਤੁਸੀਂ ਇਹਨਾਂ ਨੂੰ ਗ੍ਰੈਬ ਕਰਕੇ ਆਪਣਾ ਜਿਹੜਾ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਉਹਨੂੰ ਜ਼ਰੂਰ ਪੂਰਾ ਕਰ ਸਕਦੇ ਠੀਕ ਹੈ ਜੀ ਹੁਣ ਇੱਕ ਵਾਰੀ ਤਿਆਰੀ ਇੰਨੀ ਵਧੀਆ ਕਰ ਲਓ ਕਿ ਬਸ ਪੇਪਰ ਇੱਕ ਵਾਰੀ ਦੋ ਤੇ ਕਲੀਅਰ ਹੋ ਜਾਏ ਕਿ ਇਹ ਸਾਈਕਲ 'ਚ ਤੁਹਾਨੂੰ ਨਾ ਫਸਣਾ ਪਵੇ ਠੀਕ ਹੈ ਜੀ ਐਂਡ ਪੰਜਾਬ ਪੁਲਿਸ ਦੇ ਜਿਹੜੇ ਬੈਚਸ ਨੇ ਉਹਨਾਂ ਦੇ ਉੱਪਰ ਫਲੈਟ 80% ਆਫ ਵੈਲਿਡ ਹੈ ਬਾਈ ਅਪਲਾਈਂਗ ਅ ਕੋਡ ਅਫਸਰ ਤੁਸੀਂ 80% ਆਫ ਦਾ ਬੈਨੀਫਿਟ ਲੈ ਸਕਦੇ ਹੋ ਪਲੱਸ ਅਲੋਂਗ ਵਿਦ ਦੈਟ ਨਾਇਬ ਤੇ ਪੰਜਾਬ ਕੋਰ ਬੈਚ ਹੁਣ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਰਿਵੀਜ਼ਨ ਕਰਨ ਦੇ ਵਿੱਚ ਜਿਹਨਾਂ ਨੂੰ ਦਿੱਕਤ ਜਾ ਰਹੀ ਹੈ ਦੇ ਆਰ ਗੋਇੰਗ ਫੋਰ ਨਾਇਬ ਬੈਚ ਕਿਉਂਕਿ ਬਹੁਤ ਹੋਲਿਸਟਿਕ ਤਰੀਕੇ ਨਾਲ ਰਿਕਾਰਡਡ ਵੀਡੀਓਜ਼ ਤੁਹਾਨੂੰ ਮਿਲਣਗੀਆਂ ਆਪਣੀ ਪੇਜ ਦੇ ਉੱਪਰ ਤੁਸੀਂ ਕਲਾਸਿਸ ਲਾ ਕੇ ਰਿਵੀਜ਼ਨ ਕਰ ਸਕਦੇ ਹੋ ਐਂਡ ਇਹ ਮਤਲਬ ਲਾਈਕ ਇੱਕ ਮੇਕ ਸ਼ੋਰ ਕਰ ਸਕਦੇ ਹੋ ਕਿ ਲਾਈਕ ਤੁਹਾਡਾ ਕੋਈ ਵੀ ਕੰਪੋਨੈਂਟ ਮਿਸ ਨਹੀਂ ਹੋਇਆ ਠੀਕ ਹੈ ਜੀ ਪਲੱਸ ਹੁਣ ਪੰਜਾਬ ਕੋਰ ਬੈਚ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਪੰਜਾਬ ਪੁਲਿਸ ਪਟਵਾਰੀ ਦਾ ਪੇਪਰ ਅੱਗੋਂ ਕੋਆਪਰੇਟਿਵ ਇੰਸਪੈਕਟਰ ਸੀਨੀਅਰ ਅਸਿਸਟੈਂਟ ਜਿੰਨੇ ਵੀ ਵਨ ਡੇ ਐਗਜ਼ਾਮਸ ਨੇ ਪੰਜਾਬ ਦੇ ਉਹ ਤੁਹਾਨੂੰ ਸਾਰੇ ਇਸ ਬੈਚ ਦੇ ਵਿੱਚ ਇੰਕਲੂਡ ਮਿਲਦੇ ਨੇ ਐਂਡ ਇਸ ਬੈਚ ਦੇ ਉੱਪਰ ਤੁਹਾਨੂੰ 60% ਆਫ ਮਿਲ ਜਾਏਗਾ ਬਾਈ ਅਪਲਾਈਂਗ ਅ ਕੋਡ LP ਹਰਸ਼ੀ ਠੀਕ ਹੈ ਜੀ ਬਾਈ ਅਪਲਾਈਂਗ ਅ ਕੋਡ LP ਹਰਸ਼ੀ ਐਂਡ ਸਿਮਿਲਰਲੀ PCS ਇਜ਼ ਅਰਾਊਂਡ ਦ ਕੋਰਨਰ ਕਦੀ ਵੀ ਨੋਟੀਫਿਕੇਸ਼ਨ ਆਊਟ ਹੋ ਸਕਦੀ ਹੈ ਜੇ ਤਾਂ ਸੋਚਿਆ ਹੈ ਕਿ ਆਪਾਂ ਕਰਾਂਗੇ PCS ਦੇਣਾ ਹੀ ਦੇਣਾ ਫਿਰ ਤਿਆਰੀ ਸ਼ੁਰੂ ਕਰ ਦਿਓ ਫਿਰ ਕੀ ਸੋਚ ਰਹੇ ਹੋ ਠੀਕ ਹੈ ਨਾ ਇਹ ਤੋਂ ਡਿਲੇ ਨਾ ਕਰਿਓ ਸੋ PCS ਦੀਆਂ ਜਿਹੜੀਆਂ ਡੈਮੋ ਕਲਾਸਿਸ ਨੇ ਤੁਹਾਨੂੰ ਮਿਲ ਜਾਣਗੀਆਂ ਆਨਲਾਈਨ ਮੋਡ ਦੇ ਵਿੱਚ ਆਨਲਾਈਨ ਮੋਡ 'ਚ ਅਤੇ ਕਲੀਅਰ PCS ਲਗਾ ਕੇ ਤੁਸੀਂ ਡਿਸਕਾਊਂਟ ਆਫ ਵੀ ਲੈ ਸਕਦੇ ਸਿਮਿਲਰਲੀ ਆਫਲਾਈਨ ਬੈਚ ਦੇ ਵਿੱਚ ਵੀ ਤੁਹਾਨੂੰ ਡੈਮੋ ਕਲਾਸਿਸ ਮਿਲਦੀਆਂ ਨੇ ਲੁਧਿਆਣਾ ਕਲਾਸਿਸ ਲੱਗ ਰਹੀਆਂ ਨੇ ਡੈਮੋ ਕਲਾਸਿਸ ਉੱਥੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਤੇ ਡੈਮੋ ਕਲਾਸਿਸ ਲੈ ਕੇ ਚੈੱਕ ਕਰ ਸਕਦੇ ਹੋ ਕਿ ਵੈਦਰ ਯੂ ਵਾਂਟ ਟੂ ਜੁਆਇਨ ਵਿਦ ਅਸ ਔਰ ਨਾ ਠੀਕ ਹੈ ਜੀ ਐਂਡ ਇੱਕ ਚੀਜ਼ ਹੋਰ ਹੁਣ ਪੇਪਰ ਕੋਲ ਨੇ ਤਾਂ ਬਹੁਤ ਜ਼ਿਆਦਾ ਟੈਸਟ ਸੀਰੀਜ਼ ਲਾਉਣ ਦੀ ਜ਼ਰੂਰਤ ਹੈ ਜਿੰਨੀਆਂ ਜ਼ਿਆਦਾ ਟੈਸਟ ਸੀਰੀਜ਼ ਲਾਓਗੇ ਉਨਾ ਤੁਹਾਡਾ ਹੀ ਬੈਨੀਫਿਟ ਹੈ ਕਿਉਂਕਿ ਐਟ ਦੀ ਐਂਡ ਤੁਹਾਨੂੰ ਹੀ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਲੈਕ ਕਰ ਰਹੇ ਹੋ ਵੈਦਰ ਯੂ ਆਰ ਲੈਕਿੰਗ ਇਨ ਸਮ ਸਰਟਨ ਸੈਕਸ਼ਨ ਔਰ ਕਿਸੇ ਹੋਰ ਚੀਜ਼ 'ਚ ਤੁਹਾਨੂੰ ਦਿੱਕਤ ਜਾ ਰਹੀ ਹੈ ਕਿ ਟਾਈਮ ਮੈਨੇਜ ਹੋ ਰਿਹਾ ਸਪੀਡ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹ ਸਭ ਚੀਜ਼ਾਂ ਤੁਹਾਡੀਆਂ ਕਰੰਟ ਜਿਹੜੀ ਆਪਣੀ ਟੈਸਟ ਸੀਰੀਜ਼ ਹੈ ਉਹੀ ਮਤਲਬ ਲਾਈਕ ਠੀਕ ਕਰ ਸਕਦੀ ਹੈ ਸੋ ਟੈਸਟ ਸੀਰੀਜ਼ ਉੱਪਰ ਵੀ ਲਿਮਿਟਡ ਆਫਰ ਹੈ 499 ਦੀਆਂ ਟੈਸਟ ਸੀਰੀਜ਼ ਤੁਹਾਨੂੰ ਮਿਲ ਜਾਣਗੀਆਂ ਹਾਂਜੀ ਬਿਲਕੁਲ ਹਿਮਾਂਸ਼ੂ ਆਪਾਂ ਵੀਕਲੀ ਕਰੰਟ ਅਫੇਅਰਸ ਦੀ ਕਲਾਸਿਸ ਵੀ ਸ਼ੁਰੂ ਕਰਾਂਗੇ ਜੂਨ ਦੇ ਮਹੀਨੇ ਤੋਂ ਵੀਕਲੀ ਕਰੰਟ ਅਫੇਅਰਸ ਦੀਆਂ ਕਲਾਸਿਸ ਵੀ ਬਿਗਿਨ ਹੋਣਗੀਆਂ ਮੰਥਲੀ ਆਪਾਂ ਸਟਾਰਟ ਕਰ ਲਈਏ ਮੰਥਲੀ ਮੇ ਮੰਥ ਦੇ ਕਰੰਟ ਅਫੇਅਰਸ ਅਸੀਂ ਆਲਰੇਡੀ ਡਿਸਕਸ ਕੀਤੇ ਸੀ ਅਤੇ ਹੁਣ ਅਸੀਂ ਫਰੋਮ ਜੂਨ ਵੀ ਆਰ ਆਲਸੋ ਸਟਾਰਟਿੰਗ ਵਿਦ ਵੀ ਆਰ ਆਲਸੋ ਰਿਜ਼ਿਊਮਿੰਗ ਦੀ ਵੀਕਲੀ ਕਰੰਟ ਅਫੇਅਰਸ ਕਲਾਸਿਸ ਠੀਕ ਹੈ ਜੀ ਸੋ ਸਟਾਰਟ ਕਰੀਏ ਕੁਐਸਚਨ ਦੇ ਨਾਲ ਫਟਾਫਟ ਇੱਕ ਵਾਰੀ ਥੰਬਸ ਅਪ ਦੇ ਦਿਓ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਵੀ ਆ ਜਾਣ Mm-hmm.
ओके कोई गल नहीं जी बलदेव कुमार, असी डेफिनेटली ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ ਉਹਨੂੰ ਇਗਨੋਲੇਜ ਕਰਾਂਗੇ ਅਤੇ ਜੂਨ ਤੋਂ ਆਪਾਂ ਸਟਾਰਟ ਕਰਾਂਗੇ ਵੀਕਲੀ ਕਰੰਟ ਅਫੇਅਰਸ ਜਾਂ ਕਲਾਸਿਸ, ਇੱਦਾਂ ਹੀ ਜਿਵੇਂ ਫਸਟ ਵੀਕ ਹੁੰਦਾ ਹੈ। ਲਾਈਕ ਆਪਾਂ ਦੇਖਦੇ ਹਾਂ ਕਿਹੜਾ ਦਿਨ ਅਸੀਂ ਫਿਕਸ ਕਰਨਾ ਹੈ, ਕਿ ਮੰਡੇ ਫਿਕਸ ਕਰਨਾ ਹੈ, ਟਿਊਜ਼ਡੇ ਫਿਕਸ ਕਰਨਾ ਹੈ, ਵੀਕ ਤੋਂ ਬਾਅਦ ਜਿਵੇਂ ਵੀ ਹੋਏਗਾ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਏਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਏਗੀ, ਟੈਲੀਗ੍ਰਾਮ ਜੁਆਇਨ ਕਰ ਲਓ ਤਾਂ ਹੀ ਕਲਾਸਿਸ ਦੇ ਲਿੰਕ ਮਿਲਦੇ ਨੇ, ਅਤੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਬਾਕੀ ਵੀ ਆ ਜਾਣ। ਚਲੋ ਜੀ, ਸਭ ਤੋਂ ਪਹਿਲਾ ਕੁਐਸਚਨ ਦੇਖਾਂਗੇ। ਦ ਐਲੀਮੈਂਟ ਵਿਚ ਇਜ ਜਨਰਲੀ ਐਬਜ਼ੋਰਬ ਬਾਈ ਦ ਪਲਾਂਟਸ ਅਲੋਂਗ ਵਿਦ ਜ਼ਿੰਕ। ਜਿਹੜਾ ਜ਼ਿੰਕ ਦੇ ਨਾਲ ਅਸੀਂ ਐਬਜ਼ੋਰਬ ਕਰ ਲੈਂਦੇ ਹਾਂ, ਜਿਹੜਾ ਆਊਚ ਆਊਚ ਡਿਸੀਜ਼ ਜਿਹੜੀ ਹੈ ਉਹ ਕੌਜ ਕਰਦਾ ਹੈ ਹਿਊਮਨ ਬੀਂਗਸ ਵਿੱਚ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਤਿੰਨ ਕੈਡਮੀਅਮ ਮਰਕਰੀ ਕ੍ਰੋਮੀਅਮ, ਤਿੰਨ ਕੈਡਮੀਅਮ ਮਰਕਰੀ ਕ੍ਰੋਮੀਅਮ। ਹਾਂਜੀ, ਵੈਰੀ ਈਜ਼ੀ ਕੁਐਸਚਨ, ਅਨੋਨਮਸ ਨੇ ਪਹਿਲਾਂ ਹੀ ਆਂਸਰ ਦੇ ਦਿੱਤਾ ਹੈ, ਸੋ ਕਰੈਕਟ ਆਂਸਰ ਕੀ ਹੈ ਜੀ? ਕੈਡਮੀਅਮ। ਠੀਕ ਹੈ ਜੀ, ਆਊਚ ਆਊਚ ਡਿਸੀਜ਼ ਦੇ ਲਈ ਕੈਡਮੀਅਮ ਰਿਸਪੋਂਸੀਬਲ ਹੈ। ਅਗਲਾ ਦੇਖਾਂਗੇ, ਦ ਰੀਸੈਂਟ ਸੁਪਰੀਮ ਕੋਰਟ ਰੂਲਿੰਗ ਅਬਾਊਟ ਦ ਲਿਮਿਟੇਸ਼ਨ ਆਫ ਦ ਪਾਵਰ ਆਫ ਦ ਲੈਫਟੀਨੈਂਟ ਗਵਰਨਰ ਆਫ ਡੈਲੀ ਵਰਸਸ ਦ ਚੀਫ ਮਿਨਿਸਟਰ ਆਫ ਡੈਲੀ ਹੈਜ਼ ਬੀਨ ਮੇਕਿੰਗ ਅ ਨਿਊਜ਼ ਇਨ ਦਿਸ ਕੇਸ। ਆਊਟ ਆਫ ਦ ਫੋਲੋਇੰਗ ਵਾਸ ਵਨ ਆਫ ਦ ਡਿਫੈਂਸ ਕਾਉਂਸਲ ਫੋਰ ਦ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਡਿਫੈਂਸ ਕਾਉਂਸਲ ਕੌਣ ਸੀ? ਰਾਮ ਜੇਠ ਮਿਲਾਨੀ, ਪੀ ਚਿਦੰਬਰਮ, ਜਾਂ ਦੁਸ਼ਯੰਤ ਦੇਵੇ, ਜਾਂ ਮੁਕੁਲ ਰਤੋਗੀ? ਹਾਂਜੀ, ਕੁਇਕਲੀ ਆਂਸਰ ਦੇ ਦਿਓ ਫਟਾਫਟ। ਦੇਖੋ, ਇਹ ਜਿਹੜਾ ਕੰਟੈਕਸਟ ਹੈ ਨਾ ਸੁਪਰੀਮ ਕੋਰਟ ਦੀ ਰੂਲਿੰਗ ਜਿਹੜੀ ਆਪਾਂ ਦੇਖਦੇ ਹਾਂ, ਜਿਹੜੇ ਦਿੱਲੀ ਦਾ ਲੈਫਟੀਨੈਂਟ ਗਵਰਨਰ ਹੈ ਤੇ ਦਿੱਲੀ ਦਾ ਸੀਐਮ ਯਾਨੀ ਅਰਵਿੰਦ ਕੇਜਰੀਵਾਲ, ਇਹ ਦੋਨੋਂ ਆਪਸ 'ਚ ਲੜਦੇ ਰਹਿੰਦੇ ਨੇ। ਠੀਕ ਹੈ, ਅਰਵਿੰਦ ਕੇਜਰੀਵਾਲ ਇੱਕ ਡਿਫਰੈਂਟ ਪਾਰਟੀ ਤੋਂ ਨੇ, ਲਾਈਕ ਆਮ ਆਦਮੀ ਪਾਰਟੀ ਤੋਂ ਨੇ, ਤੇ ਲੈਫਟੀਨੈਂਟ ਗਵਰਨਰ ਕੀ ਨੇ? ਲੈਫਟੀਨੈਂਟ ਗਵਰਨਰ ਕੀ ਨੇ? ਉਹ ਆਪਣੀ ਦੂਸਰੀ ਪਾਰਟੀ ਤੋਂ ਨੇ। ਸੋ ਇੱਕ ਤਾਂ ਆਪੋਜੀਸ਼ਨ ਪਾਰਟੀਜ਼ ਹੋ ਗਈਆਂ, ਤੇ ਹੁਣ ਇਸ਼ੂ ਕੀ ਆ ਜਾਂਦਾ ਹੁੰਦਾ ਸਮਟਾਈਮਸ, ਕਈ ਬਿੱਲ ਹੁਣ ਜਿੰਨੀ ਦੇਰ ਤੱਕ ਜਿਹੜਾ ਗਵਰਨਰ ਹੈ ਬਿੱਲ ਤੇ ਸਾਈਨ ਨਹੀਂ ਕਰਦਾ, ਬਿੱਲ ਪਾਸ ਨਹੀਂ ਨਾ ਹੋਏਗਾ। ਕਈ ਬਿੱਲ ਜਿਹੜੇ ਸੀਐਮ ਨੇ ਆਲਰੇਡੀ ਪਾਸ ਕਰਾ ਦਿੱਤੇ ਨੇ ਆਪਣੀ ਅਸੈਂਬਲੀ ਦੇ ਵਿੱਚ, ਉਹ ਗਵਰਨਰ ਦੇ ਕੋਲ ਜਾ ਕੇ ਅੜ ਜਾਂਦੇ ਨੇ। ਠੀਕ ਹੈ ਨਾ, ਕਿਉਂਕਿ ਯੂਟੀ ਹੈ, ਮੇਨ ਕੰਟਰੋਲ ਕਿਹਦੇ ਹੱਥ 'ਚ ਆਏਗਾ? ਗਵਰਨਰ ਦੇ ਹੱਥ 'ਚ। ਠੀਕ ਹੈ ਜੀ, ਓਕੇ ਮੈਮ ਪਲੀਜ਼। ਹਾਂਜੀ ਸ਼ੋਰ ਰਾਜੀਵ, ਅਸੀਂ ਡੈਫੀਨੇਟਲੀ ਜੂਨ ਤੋਂ ਸਟਾਰਟ ਕਰ ਰਹੇ ਹਾਂ, ਡੈਫੀਨੇਟਲੀ ਵੀ ਵਿਲ ਸਟਾਰਟ। ਓਕੇ, ਕਰੈਕਟ ਆਂਸਰ ਕੀ ਹੈ ਜੀ? ਪੀ ਚਿਦੰਬਰਮ, ਚਿਦੰਬਰਮ। ਠੀਕ ਹੈ ਜੀ, ਚਲੋ ਜੀ, ਵੈਰੀ ਨਾਈਸ। ਅਗਲਾ ਕੁਐਸਚਨ ਦੇਖਾਂਗੇ, ਵਾਟ ਇਜ ਮੈਂਟ ਬਾਈ ਦ ਟਰਮ ਆਇਲ ਜ਼ੈਪਰ? ਆਇਲ ਜ਼ੈਪਰ, ਹੁਣ ਦੇਖੋ ਇਹ ਟਰਮਸ ਤੁਸੀਂ ਯੂਜੁਅਲੀ ਛੱਡ ਜਾਂਦੇ ਹੋ, ਹੈ ਨਾ, ਜਿਹੜੇ ਤਾਂ ਨਿਊਜ਼ ਪੇਪਰ ਪੜ੍ਹਦੇ ਨੇ ਜਾਂ ਜਿਨ੍ਹਾਂ ਨੇ PCS ਦੀ ਤਿਆਰੀ ਕਰਨੀ ਹੈ ਜਾਂ ਜਿਹੜੇ UPSC ਵਾਲੇ ਸਟੂਡੈਂਟਸ ਨੇ, ਤੇ ਯੂਜ਼ ਟੂ ਰੀਡ ਦ ਨਿਊਜ਼ ਪੇਪਰ ਰੈਗੂਲਰਲੀ, ਤੇ ਇੱਦਾਂ ਦੀਆਂ ਟਰਮ ਨਿਊਜ਼ ਪੇਪਰ 'ਚ ਆਉਂਦੀਆਂ ਨੇ, ਆਇਲ ਜ਼ੈਪਰ ਜਾਂ ਹੋਰ ਵੀ ਕੋਈ ਪ੍ਰੋਮੀਨੈਂਟਲੀ ਯੂਜ਼ਡ ਜਿਹੜੀਆਂ ਟਰਮਸ ਨੇ, ਉਹ ਤੁਹਾਨੂੰ ਦੇਖਣ ਨੂੰ ਮਿਲਦੀਆਂ ਹੀ ਮਿਲਦੀਆਂ ਨੇ। ਸੋ ਹੁਣ ਇਹਦੇ ਵਿੱਚ ਪੁੱਛਿਆ ਗਿਆ ਹੈ ਕਿ ਆਇਲ ਜ਼ੈਪਰ ਕੀ ਹੈ? ਆਇਲ ਜ਼ੈਪਰ ਕੀ ਹੈ ਜੀ? ਇਟ ਇਜ਼ ਐਨ ਈਕੋ ਫਰੈਂਡਲੀ ਟੈਕਨੋਲੋਜੀ ਫੋਰ ਦੀ ਰੀਮੇਡੀਏਸ਼ਨ ਆਫ ਆਇਲੀ ਸਿਲਸ, ਆਇਲੀ ਸਲਜ ਐਂਡ ਆਇਲ ਸਪਿਲਸ। ਇਟ ਇਜ਼ ਅ ਲੇਟੈਸਟ ਟੈਕਨੋਲੋਜੀ ਡਿਵੈਲਪ ਫੋਰ ਅੰਡਰ ਸੀ ਐਕਸਪਲੋਰੇਸ਼ਨ। ਇਟ ਇਜ਼ ਜੈਨੇਟਿਕਲੀ ਇੰਜੀਨੀਅਰਡ ਹਾਈ ਬਾਇਓਫਿਊਲ ਯੀਲਡਿੰਗ ਮੇਜ਼ ਵਰਾਇਟੀ, ਮੇਜ਼ ਦੀ ਵਰਾਇਟੀ ਹੈ, ਜਾਂ ਇਹ ਕੋਈ ਲੇਟੈਸਟ ਟੈਕਨੋਲੋਜੀ ਹੈ ਕੰਟਰੋਲ ਕਰਨ ਵਾਸਤੇ ਜਿਹੜੇ ਐਕਸੀਡੈਂਟਸ ਫਲੇਮਸ ਦੇ ਕਾਰਨ ਕੌਜ ਹੁੰਦੇ ਨੇ, ਮਤਲਬ ਅੱਗ ਲੱਗ ਜਾਂਦੀ ਆਇਲ ਵੈਲਸ ਦੇ ਵਿੱਚ, ਉਹਨਾਂ ਨੂੰ ਪ੍ਰੀਵੈਂਟ ਕਰਨ ਦੇ ਲਈ। ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਵਾਲੀਕੁਮ ਰੋਜ਼ੀ ਰਾਣੀ, ਵੈਲਕਮ ਟੂ ਦ ਕਲਾਸ। ਹਾਂਜੀ, ਓਕੇ ਜੀ, ਸੋ ਇਟ ਇਜ਼ ਅ ਈਕੋ ਫਰੈਂਡਲੀ ਟੈਕਨੋਲੋਜੀ ਜਿਹੜਾ ਕਿ ਆਇਲ ਸਲਜ ਐਂਡ ਆਇਲ ਸਪਿਲਸ ਦੇ ਨਾਲ ਐਸੋਸੀਏਟਡ ਹੈ। ਹੁਣ ਦੇਖੋ ਇਹ ਕਿਉਂ ਨਿਊਜ਼ 'ਚ ਆਈ ਹੈ ਟਰਮ, ਮਤਲਬ ਜਦੋਂ ਪੇਪਰ ਆਇਆ ਸੀ ਉਦੋਂ ਕਿਉਂ ਆਈ ਹੋਏਗੀ? ਤੁਸੀਂ ਸੁਣਿਆ ਹੋਣਾ ਪਿਛਲੇ, ਆਈ ਥਿੰਕ ਆਲਮੋਸਟ ਹਰ ਈਅਰ ਇੱਕ ਨਾ ਇੱਕ ਇੱਦਾਂ ਦਾ ਕੇਸ ਜ਼ਰੂਰ ਆਉਂਦਾ ਹੈ ਕਿ ਜਿਹੜੇ ਆਇਲ ਕੰਟੇਨਰਸ ਨੇ, ਹੈ ਨਾ, ਉਹ ਕਿਸੇ ਪਰਟੀਕੁਲਰ ਸੀ ਦੇ ਵਿੱਚ ਉਲਟ ਗਏ, ਮਤਲਬ ਲਾਈਕ ਆਇਲ ਟਰਾਂਸਪੋਰਟ ਹੋ ਰਿਹਾ ਸੀ, ਉਹ ਕੀ ਹੋ ਜਾਂਦਾ ਜਦੋਂ ਮਤਲਬ ਲਾਈਕ ਸਮੁੰਦਰ ਦੇ ਵਿੱਚ ਸਾਰਾ ਆਇਲ ਆਇਲ ਸਪਰੈਡ ਹੋ ਜਾਂਦਾ, ਜਿਹਦੇ ਕਾਰਨ ਇੱਕ ਉੱਪਰ ਲੇਅਰ ਬਣ ਜਾਂਦੀ ਹੈ, ਜਿਹਦੇ ਕਾਰਨ ਪੂਰੀ ਦੀ ਪੂਰੀ ਫੂਡ ਚੇਨ ਉਸ ਪਰਟੀਕੁਲਰ ਈਕੋਸਿਸਟਮ ਦੀ ਇੰਪੈਕਟ ਵੀ ਹੁੰਦੀ ਹੈ। ਠੀਕ ਹੈ ਜੀ, ਸੋ ਉਹਦੇ ਕਾਰਨ ਇਹ ਟੈਕਨੀਕ ਨੂੰ ਬਣਾਇਆ ਗਿਆ ਤਾਂ ਕਿ ਜਿਹੜੇ ਆਇਲ ਸਪਿਲਸ ਹੁੰਦੇ ਨੇ, ਪਾਣੀ ਦੇ ਵਿੱਚ ਜਿਹੜਾ ਤੇਲ ਗਿਰਦਾ ਹੈ, ਮਤਲਬ ਲਾਈਕ ਕੋਈ ਕੰਟੇਨਰ ਲੈ ਕੇ ਜਾ ਰਿਹਾ, ਸਮਹਾਓ ਕਿਸੇ ਤਰੀਕੇ ਨਾਲ ਉਹ ਗਿਰ ਗਿਆ ਤੇ ਉਹ ਪੂਰਾ ਦਾ ਪੂਰਾ ਤੇਲ ਉੱਥੇ ਫੈਲ ਗਿਆ, ਜਿਵੇਂ ਡੀਜ਼ਲ ਹੈ, ਪੈਟਰੋਲ ਹੈ, ਇਹ ਸਭ ਚੀਜ਼ਾਂ ਫੈਲ ਗਈਆਂ, ਤਾਂ ਉਹਦੇ ਨਾਲ ਪੂਰੀ ਦੀ ਪੂਰੀ ਫੂਡ ਚੇਨ ਇੰਪੈਕਟ ਹੁੰਦੀ ਹੈ, ਜਿਹਦੇ ਕਾਰਨ ਇੱਦਾਂ ਦੀਆਂ ਟੈਕਨੋਲੋਜੀਜ਼ ਬੜੀਆਂ ਜ਼ਿਆਦਾ ਰਿਲੇਵੈਂਟ ਨੇ।
ठीक है जी, क्लियर हो गया जी, सबनों एक बारी थम्स अप दे दियो अगर क्लियर है, तो फिर आप अगले क्वेश्चन वाले चलांगे, तो जेडे हुणे जुड़ रहे ने सेशन नू जरूर शेयर कर आवांगे। अगे देखांगे व्हाट इज द डिफरेंस बिटवीन CFL एंड LED लैंप। CFL ते LED लैंप दे विच डिफरेंस की है? हाँ जी जल्दी तो पहला आंसर दे दियो, की आएगा करेक्ट आंसर? A, B, C या D? Yes, very good, anonymous. आज बड़ी शांत है क्लास, की गल होगी? बच्चे लगता उठे नहीं, है ना? जेडे नहीं उठे उन्होंने उठा लिया, भी पेपर के दिन कोल आ गए ने, पढ़ लो। बाद फिर तुम कहना कि काश असी पढ़ लेंगे, पेपर च क्वेश्चन आ जाते हैं जेडे असी छड़ के जाने, है ना, या लेट ज्वाइन करते हैं। ओके, सो करेक्ट आंसर की है जी डी। सो देखो CFL ते LED लैंप्स विच तुसी डिफरेंशिएट करना है, सब तो पहला की क्या है कि टू प्रोड्यूस अ लाइट। अगर असी CFL नू देखते हैं, CFL दे विच की यूज होंदा है? मरकरी वेपर यूज होंदा है, ते फॉस्फरस यूज होएगा। वेयर एज LED लैंप्स विच असी सेमीकंडक्टर मटीरियल नू यूज करते हाँ, ठीक है जी। CFL दे विच मरकरी वेपर ते फॉस्फरस नू यूज कीता जांदा है, LED लैंप्स विच सेमीकंडक्टर मटीरियल यूज हुंदा है, ये सब नू पता है, ये बिल्कुल करेक्ट है। सो हुण ऑप्शन बी एलिमिनेट तुहाडा हो गया, इहदे नाल बी तां आएगा ही नहीं किसी भी कंडीशन के उपर। अगला देखांगे कि जिहड़ा लाइफ स्पैन है, एवरेज लाइफ स्पैन ऑफ CFL इज मच लोंगर दैन दैट ऑफ LED लैम्प। कि जिहड़ा CFL की ट्यूब हुंदी है ज़्यादा चलती है एज कंपेयर टू द LED लैम्प, ये भी तुहानू पता, तुसीं घरां च यूज करते हो तो ये तुसीं देखिया होएगा। उस तो बाद इन्होंने क्या है, CFL इज लैस एनर्जी एफिशिएंट एज कंपेयर टू LED लैंप्स, ठीक है जी। ये भी बिल्कुल सही है कि लैस एनर्जी एफिशिएंट है, तो ये नाल अपना डी आंसर करेक्ट हो जाता है, ठीक है जी। जिन्होंने सी आंसर दिता सी, कीप दिस इन माइंड, डी आंसर करेक्ट है, ठीक है जी। साइंस एंड टेक का क्वेश्चन है, इंपॉर्टेंट है। अगे चलांगे नेक्स्ट क्वेश्चन दे वल। International Union for the Conservation of Nature, that is IUCN, consider a species to be critically endangered. The if its spatial measure, that is the extent of occurrence, is estimated to be less than dash kilometer square. IUCN अपनी जेड़े species ने उन्हें categorize करता है into 6 categories like endangered, critically endangered, vulnerable, extinct. ठीक है ना, तुसी सारिया कैटेगरीज पढ़िया हुई ने। सो उहदे विच उहनां ने पुछा है कि जिहड़ी एक कैटेगरी है क्रिटिकली एंडेंजर, उस केस दे विच केड़े केड़े स्पीशीज नू क्रिटिकली एंडेंजर दे टाइटल दे विच टैग दे विच पाया जांदा है, जिहड़े किन्ने तो घट, लैस दैन पुछा है इत्थे, किन्ने किलोमीटर तो घट दे एरिया दे विच मिलणगे। हाँ जी, इट इज 50, 100, 150 और 200। ये प्रीवियस ईयर क्वेश्चंस ने, मैं कल भी ये गल कही सी कि प्रीवियस ईयर क्वेश्चंस शो PPSC जड़ी है और रिपीट कर दी है क्वेश्चंस, सो ट्राई डूइंग द क्वेश्चंस। कोई भी दिक्कत जा रही है उन्होंने समझने की कोशिश करो, चीज़ा नहीं याद हो रही उन्होंने याद कर लो, नहीं आता आंसर ता भी कोई दिक्कत नहीं है, पर पेपर दे विच दिक्कत जाएगी अगर तुसी क्वेश्चंस ना पढ़े हुए। सारे प्रीवियस ईयर क्वेश्चंस असी सॉल्व कर रहे हैं, ठीक है ना, मॉक टेस्ट दे थ्रू, जिदे नाल तुहानू भी एक आइडिया होवे कि किद्दां दे क्वेश्चंस आंदे ने ते असी किथे लैग कर रहे हैं, ठीक है जी। सो करेक्ट आंसर की है 100 square kilometers, 100 km² दे रेंज दे विच जिहड़े भी स्पीशीज आणगे, जिहड़े अकर करदे ने 100 square kilometers दी लैस तो घट की रेंज दे विच, उन्हां नूं असी क्रिटिकली एंडेंजर्ड की कैटेगरी दे विच पा देने हाँ। अगला देखांगे, कंसिडर द फॉलोइंग स्टेटमेंट अबाउट एस्चुरी। सो ये जिहड़ी टर्म है बड़ी बारी पढ़ाई है मैं, है ना, रिवर्स या तो डेल्टाज बनाउंदियां ने या तो एस्चुरीज बनाउंदियां, ठीक है जी। रिवर्स या तो एस्चुरीज बनाउंदियां ने या तो वो डेल्टा बनाउंदियां ने। सो हुण एस्चुरी कित्थे बनदी है, तुहानूं पता ईस्ट फ्लोइंग रिवर्स वैस्ट फ्लोइंग रिवर्स दोनों हुंदियां ने। सो मैनू हुण एक पहला क्वेश्चन का आंसर ये दो, वेस्ट फ्लोइंग रिवर्स की बनाउंदियां ने, डेल्टा बनाउंदियां ने, एस्टरी बनाउंदियां, ते ईस्ट फ्लोइंग रिवर्स की बनाउंदियां ने, ईस्ट फ्लोइंग रिवर्स एस्टरीज बनाउंदियां ने मैम। हाँ जी, लोंगर लाइफ स्पैन तो हैगी है, हाँ जी बिल्कुल,
कोई दिक्कत है किसी पॉइंट द विच एनोनिमस? सत श्रीकाल अमृतपाल, वेलकम टू द क्लास, वेरी गुड मॉर्निंग विशाल, आई एम गुड, तुसी दसो किवें हो? ओके, सो सब तो पहला दसो हैचरी की हुंदी, एक प्लेस हुंदी है जिथे अपना फ्रेश वाटर मिलता है, किनू मिलता है? ओशन वाटर दे नाल। ए तां क्लियर है सब नू, ठीक है ना? हैचरी ते डेल्टास उत्थे बनदे ने जिथे अपनी फ्रेश वाटर मीट्स दी ओशन। उस तो बाद एरिया की है, हाईली प्रोडक्टिव हुंदा, बड़ा प्रोडक्टिव एरिया हुंदा कि नहीं हुंदा? हुंदा है। हाईली अनप्रोडक्टिव किवें हो सकदा? अगर प्रोडक्टिव है तो अनप्रोडक्टिव तो पॉसिबल ही नहीं है। सो इहदे नाल अपने कोल वन एंड टू ऑप्शन रह जाता है, थ्री एलिमिनेट हो जाएगा। देखो एस्टरीज डेल्टाज जिहड़े ने बड़े ही ज्यादा प्रोडक्टिव एरियाज होंगे ने। डेल्टाज दे विच तुसी मैनग्रूव्स वर्गियां स्पीशीज देखते हो, है ना? एस्टरीज भी बड़िया ही प्रोडक्टिव होणगियां, तो जिहदे नाल अपना आंसर नंबर आंसर सी करेक्ट हो जाता है। Yes, नर्मदा ताप्ती forms estuary, यानी कि west flowing rivers जिहड़ियां ने they form estuaries, east flowing rivers form delta. Keep this in mind. ठीक है जी, याद रख लो, भुलना नहीं है, बार बार ये चीज कराई जा रही है, ज्योग्राफी का कॉन्सेप्ट है, तेनू भुल गए बड़ी ज्यादा दिक्कत जाएगी। ओके, अगे चलांगे नेक्स्ट क्वेश्चन वल। द कंपाउंड ऑफ डैश कॉज मीना माटा डिसीज। हुण साइंस दा क्वेश्चन है, बेसिक साइंस दा, मीना माटा डिसीज केड़ी कंपाउंड कॉज करदी है? मर्करी, कैडमियम, कोबाल्ट, फर्टिलाइजर्स। हाँ जी, मीना माटा डिसीज की कॉज करदी है, किदे कारण कॉज हुंदी है जी मीना माटा डिसीज? सेशन नूं फटाफट शेयर कर रहे जिहड़े हुणे-हुणे आए ने, अपना फर्ज समझ के साड़ी टीम दे लई जिहड़े एफर्ट्स तुहाडे लई लिते जा रहे ने, इहनूं सिर्फ एक नॉलेज तुसी सेशनस नूं शेयर करके, सपोर्ट करके, लाइक करके ही कर सकदे हो। सो ये एफर्ट्स नूं एक्नॉलेज करन लई अपना फर्ज समझ के सेशन नूं जरूर शेयर करया करो, ठीक है जी? सो करेक्ट आंसर की आएगा जी? मर्क्यूरी, मीना माटा डिसीज मर्क्यूरी। वेरी गुड एनोनिमस विशाल, अमृतपाल, मनप्रीत, वंदना। ओके, अगे चलांगे। देखो हुण की है, एक फोरम की गल हो रही है, कुछ स्टेटमेंट्स दित्तियां हुई ने किस कंटेक्स्ट दे विच? क्लीन एनर्जी मिनिस्टेरियल, दैट इज CEM दे कंटेक्स्ट दे विच, उन्होंने सब तो पहला पूछा कि ये की है कि ग्लोबल फोरम है जिहड़ा कि पॉलिसीज ते प्रोग्राम्स नूं प्रमोट करता है, जिहड़े कि एडवांस करनगे किहदे विच? क्लीन एनर्जी टेक्नोलॉजी नूं एडवांस करनगे, प्लस इनकरेज करनगे ट्रांजिशन टू द ग्लोबल क्लीन एनर्जी इकोनॉमी, कि असी चेंज करना है, शिफ्ट करना है फ्रॉम शिफ्ट करना है टू द क्लीन एनर्जी इकोनॉमी। सो फर्स्ट पॉइंट बड़ा क्लियर है तुहानू, जे तुसी इहनू पढ़िया होएगा तुहानू पता होएगा एक चीज है कि। उस तो बाद इंडिया की है कि इहदे च पार्टिसिपेटिंग नेशन है, की है? पार्टिसिपेटिंग नेशन है किहदे विच? क्लीन एनर्जी मिनिस्टेरियल दे विच। इंडिया हैज डिनाइड टू पार्टिसिपेट इन प्रोग्राम्स 21st सेंचुरी पावर अंडर क्लीन एनर्जी मिनिस्टेरियल, मतलब इंडिया ने पार्टिसिपेट नहीं किया सी ये जड़ा इनका प्रोग्राम होया। हाँ जी, दियो आंसर जल्दी जल्दी, की आएगा करेक्ट आंसर? वेरी गुड, वन एंड टू डिनाई नहीं किया सी। ऑब्वियसली अगर इंडिया पार्टिसिपेटिंग नेशन है तो वाई इंडिया वुड डिनाई पार्टिसिपेटिंग इन सम सर्टन प्रोग्राम, ठीक है ना? सो दे नाल ही थर्ड ऑप्शन जिदे जिदे च वो कैंसल हो जाता है, ते अपने को सिर्फ और सिर्फ सही ऑप्शन जेड़ा है वो सी बचता है। यस, वेरी गुड, अगे चलांगे। विद रेफरेंस टू द वाइल्ड लाइफ प्रोटेक्शन एक्ट 1972, ये जेड़ा एक्ट बड़ा ही ज्यादा इंपॉर्टेंट एक्ट है, इनू बड़ी चंगी तरह तुसी पढ़ के जाना, ठीक है ना? PBSC, UPSC इना दे जेड़े क्वेश्चंस ने ना, जेड़े एक्ट्स ने, ये बड़े फेवरेट ने। UPSC नू फॉलो करता है PBSC, सो UPSC च इदां दे क्वेश्चंस आ जांदे ने। सो कीप दिस इन माइंड कि थोड़ा अपना लेवल असी अप करके चलना है अगर असी PPSC लेवल की तैयारी कर रहे हाँ। PSSB लेवल थोड़ा कट हुंदा, इन्ना टफ लेवल नहीं आता, पर PPSC का लेवल बहुत अच्छा हुंदा, ठीक है जी? अच्छे क्वेश्चन होंगे ने। ओके, सो सब तो पहला देखांगे वाइल्ड लाइफ प्रोटेक्शन एक्ट 1972 कदों क्यों बनया सी, ताकि असी इंडिया का इंटरनेशनल ऑब्लीगेशन जी अपनी कन्वेंशन ऑन बायोलॉजिकल डायवर्सिटी उन्हों फुलफिल कर सकी, ता बनाया गया सी, मतलब लेके आया गया सी। तो सेकंड पॉइंट की क्या जा रहा है कि एज पर द लॉ ओनली अ पार्ट ऑफ अ वाइल्ड एनिमल इज कंसिडर एज अ वाइल्ड लाइफ ट्रॉफी, कि लॉ दे अकॉर्डिंग सिर्फ और सिर्फ वाइल्ड दे विच जिहड़ा एनिमल, वाइल्ड एनिमल की हुंदा जिहड़ा खुले दे विच घूमदा, लाइक
ਓਪਨ ਦੇ ਵਿੱਚ ਘੁੰਮ ਰਿਹਾ ਹੈ ਉਹਨੂੰ ਅਸੀਂ ਵਾਈਲਡ ਲਾਈਫ ਟ੍ਰੋਫੀ ਦੇ ਅੰਡਰ ਉਹਨੂੰ ਅਸੀਂ ਵਾਈਲਡ ਲਾਈਫ ਦੇ ਵਿੱਚ ਕੰਸਿਡਰ ਕਰਾਂਗੇ ਵਨ ਓਨਲੀ ਟੂ ਓਨਲੀ ਬੋਥ ਵਨ ਐਂਡ ਟੂ ਔਰ ਆਲ ਆਫ ਦੀਜ਼ ਵੈਰੀ ਗੁੱਡ ਸੋਰੀ ਨੀਦਰ ਸੋ ਇਟ ਇਜ਼ ਨੀਦਰ ਵਨ ਨੋਰ ਟੂ ਠੀਕ ਹੈ ਜੀ ਨੀਦਰ ਵਨ ਨੋਰ ਟੂ ਇਹ ਬੋਨ ਕਨਵੈਨਸ਼ਨ ਦੇ ਅੰਡਰ ਆਇਆ ਸੀ ਇਹ ਸੀ ਬੀ ਡੀ ਦੇ ਅੰਡਰ ਨਹੀਂ ਆਇਆ ਸੀ ਸੋ ਸਭ ਤੋਂ ਪਹਿਲਾਂ ਤਾਂ ਇਹ ਫਸਟ ਪੁਆਇੰਟ ਹੀ ਤੁਹਾਡਾ ਰੋਂਗ ਹੋ ਜਾਂਦਾ ਜੇ ਫਸਟ ਰੋਂਗ ਹੋ ਗਿਆ ਇਹਦੇ ਨਾਲ ਇਹ ਗਿਆ ਇਹ ਵੀ ਗਿਆ ਠੀਕ ਹੈ ਜੀ ਕਿਉਂ ਕਿਉਂਕਿ ਇਹ ਸੀ ਐਮ ਐਸ ਸੋਰੀ ਬੋਨ ਕਨਵੈਨਸ਼ਨ ਜਿਹੜੀ ਹੈ ਉਹਦੇ ਅੰਡਰ ਇਹ ਫਾਰਮ ਹੋਇਆ ਸੀ ਠੀਕ ਹੈ ਜੀ ਸੋ ਇਹਦੇ ਨਾਲ ਫਸਟ ਰੋਂਗ ਹੋ ਜਾਂਦਾ ਹੈ ਇਹਨਾਂ ਨੇ ਇੱਥੇ ਓਨਲੀ ਕਹਿ ਦਿੱਤਾ ਓਨਲੀ ਓਨਲੀ ਕੀ ਬੜਾ ਹੀ ਐਕਸਟ੍ਰੀਮ ਲੈਵਲ ਦਾ ਉਹ ਚਲਾ ਗਿਆ ਕਿ ਸਿਰਫ ਔਰ ਸਿਰਫ ਜਿਹੜੇ ਐਨੀਮਲਸ ਵਾਈਲਡ ਦੇ ਵਿੱਚ ਘੁੰਮਣਗੇ ਉਹਨਾਂ ਨੂੰ ਅਸੀਂ ਵਾਈਲਡ ਲਾਈਫ ਦੇ ਅੰਡਰ ਕੰਸਿਡਰ ਕਰਾਂਗੇ ਕਿਉਂ ਜਿਹੜੇ ਜ਼ੂ ਦੇ ਵਿੱਚ ਰਹਿ ਰਹੇ ਨੇ ਉਹ ਵੀ ਤਾਂ ਐਨੀਮਲਸ ਹੀ ਨੇ ਨਾ ਠੀਕ ਹੈ ਨਾ ਦੋਜ਼ ਆਰ ਨੋਟ ਇਨ ਵਾਈਲਡ ਦੇ ਆਲਸੋ ਕਮ ਅੰਡਰ ਅ ਵਾਈਲਡ ਲਾਈਫ ਕਲੀਅਰ ਹੋਇਆ ਸੋ ਇਹ ਓਨਲੀ ਵਾਲੀ ਐਕਸਟ੍ਰੀਮ ਸਟੇਟਮੈਂਟ ਸੀ ਜਿਹਦੇ ਕਾਰਨ ਇਹ ਵੀ ਸਟੇਟਮੈਂਟ ਤੁਹਾਡੀ ਰੋਂਗ ਹੋ ਜਾਂਦੀ ਹੈ ਤਾਂ ਇਹ ਪੁਆਇੰਟ ਵੀ ਤੁਹਾਡਾ ਕ੍ਰੋਸ ਹੋ ਜਾਂਦਾ ਯੂ ਜਸਟ ਲੈਫਟ ਵਿਦ ਦ ਡੀ ਆਪਸ਼ਨ ਹਾਂਜੀ ਇਫ ਇਟ ਇਜ਼ ਕਲੀਅਰ ਇੱਕ ਵਾਰੀ ਥੰਬਸ ਅਪ ਦੇ ਦਿਓ ਜੇ ਸਮਝ ਆ ਗਿਆ ਤੇ ਬੋਨ ਕਨਵੈਨਸ਼ਨ ਦਾ ਉਹ ਦੱਸ ਦਿਓ ਕਿ ਬੋਨ ਕਨਵੈਨਸ਼ਨ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਅਨਦਰ ਨੇਮ ਆਫ ਬੋਨ ਕਨਵੈਨਸ਼ਨ ਕੀ ਹੈ ਹਾਂਜੀ ਤੇ ਇੱਕ ਚੀਜ਼ ਹੋਰ ਜਿਨ੍ਹਾਂ ਨੇ ਇੰਪੋਰਟੈਂਟ ਇਨਵਾਇਰਮੈਂਟਲ ਕਨਵੈਨਸ਼ਨ ਦੀ ਇੱਕ ਕਲਾਸ ਹੋਈ ਸੀ ਚੈਨਲ ਦੇ ਉੱਪਰ ਇਨਵਾਇਰਮੈਂਟ ਦੇ ਕੰਟੈਕਸ ਦੇ ਵਿੱਚ ਅਸੀਂ ਲਿਖੀ ਸੀ ਸਾਰੀਆਂ ਇੰਪੋਰਟੈਂਟ ਜਿੰਨੀਆਂ ਵੀ ਇਨਵਾਇਰਮੈਂਟਲ ਕਨਵੈਨਸ਼ਨ ਨੇ ਉਹਨਾਂ ਦੇ ਓਬਜੈਕਟਿਵ ਕੀ ਨੇ ਹੈੱਡਕੁਆਰਟਰ ਕਿੱਥੇ ਨੇ ਇੱਦਾਂ ਦੇ ਕੁਐਸਚਨ ਉਹਦੇ 'ਚ ਡਿਸਕਸ ਹੋਏ ਹੋਏ ਨੇ ਸੋ ਉਹ ਵੀਡੀਓ ਵੀ ਆਪਾਂ ਜ਼ਰੂਰ ਦੇਖ ਲਾਂਗੇ ਚੈਨਲ ਨੂੰ ਥੋੜ੍ਹਾ ਐਕਸਪਲੋਰ ਕਰੋ ਸਰਚ ਔਨ ਕਰੋ ਤਾਂ ਹੀ ਚੀਜ਼ਾਂ ਪਤਾ ਲੱਗਣਗੀਆਂ ਬਹੁਤ ਕੰਟੈਂਟ ਤੁਹਾਨੂੰ ਮਿਲੇਗਾ ਔਰ ਇਨਵਾਇਰਮੈਂਟ ਇੱਕ ਅਜਿਹਾ ਪੋਰਸ਼ਨ ਹੈ ਜਿਹੜਾ ਪੀ ਪੀ ਐੱਸ ਸੀ ਦਾ ਫੇਵਰੇਟ ਪੋਰਸ਼ਨ ਹੈ ਠੀਕ ਹੈ ਇਨਵਾਇਰਮੈਂਟ 'ਚੋਂ ਕੁਐਸਚਨ ਆਉਂਦੇ ਹੀ ਆਉਂਦੇ ਨੇ ਸੋ ਯਾਦ ਰੱਖ ਲਾਂਗੇ ਕਿ ਅਸੀਂ ਉਹ ਵੀ ਵੀਡੀਓ ਦੇਖਣੀ ਹੈ ਜਿਨ੍ਹਾਂ ਨੇ ਦੇਖੀ ਹੋਈ ਹੈ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੇ ਨਹੀਂ ਦੇਖੀ ਇੱਕ ਵਾਰੀ ਦੁਬਾਰਾ ਜਾ ਕੇ ਜ਼ਰੂਰ ਵਿਜ਼ਿਟ ਕਰਿਓ ਠੀਕ ਹੈ ਜੀ ਸੀ ਐੱਮ ਐੱਸ ਵੈਰੀ ਗੁੱਡ ਓਕੇ ਵੈਰੀ ਗੁੱਡ ਮੋਰਨਿੰਗ ਜੀ ਗੁਰਪ੍ਰੀਤ ਕੌਰ ਅਗਲੇ ਦੇਖਾਂਗੇ ਨੈਕਸਟ ਕੁਐਸਚਨ ਵੱਲ ਕੰਜਲੀ ਵੈਟਲੈਂਡ ਕਿੱਥੇ ਹੈ ਜੀ ਬੜਾ ਹੀ ਸੌਖਾ ਕੁਐਸਚਨ ਕਿਹੜੇ ਡਿਸਟ੍ਰਿਕਟ ਆਫ ਪੰਜਾਬ ਦੇ ਵਿੱਚ ਹੈ ਜੀ ਕੰਜਲੀ ਵੈਟਲੈਂਡ ਕਪੂਰਥਲਾ ਮੋਗਾ ਤਰਨ ਤਾਰਨ ਜਾਂ ਫਾਜ਼ਿਲਕਾ ਹਾਂਜੀ ਕੰਜਲੀ ਵੈਟਲੈਂਡ ਕਿੱਥੇ ਹੈ ਮਿੰਟ ਤੋਂ ਪਹਿਲਾਂ ਆਂਸਰ ਦੇ ਦਿਓ ਜਲਦੀ ਜਲਦੀ ਏ ਬੀ ਸੀ ਆਰ ਡੀ ਬਹੁਤ ਵਾਰੀ ਕਰਾਇਆ ਹੋਇਆ ਕਲਾਸ ਦੇ ਵਿੱਚ ਸੋ ਇੱਦਾਂ ਦੇ ਬੜੇ ਬੇਸਿਕ ਜਿਹੇ ਕੁਐਸਚਨਸ ਨੇ ਪੰਜਾਬ ਜੀ ਕੇ ਦੇ ਜਿਹੜੇ ਪੁੱਛ ਲਿੱਤੇ ਜਾਂਦੇ ਨੇ ਸੋ ਤੁਹਾਨੂੰ ਆਉਣੇ ਚਾਹੀਦੇ ਨੇ ਠੀਕ ਹੈ ਜੀ ਓਕੇ ਸੋ ਕਰੈਕਟ ਆਂਸਰ ਆਪਣਾ ਕੀ ਹੈ ਜੀ ਕਪੂਰਥਲਾ ਕੰਜਲੀ ਕਪੂਰਥਲਾ ਅਗਲਾ ਓਕੇ ਸੋ ਅਗੇਨ ਅ ਵੈਰੀ ਇੰਪੋਰਟੈਂਟ ਕੁਐਸਚਨ ਹੁਣ ਬਹੁਤ ਬੱਚੇ ਨੇ ਇੱਦਾਂ ਦੀਆਂ ਸਟੇਟਮੈਂਟਸ ਦੇਖ ਕੇ ਡਰ ਜਾਂਦੇ ਨੇ ਤੁਸੀਂ ਡਰਨਾ ਨਹੀਂ ਹੈ ਤੁਸੀਂ ਇਹਦੇ ਵਿੱਚੋਂ ਕਰੈਕਟ ਕੱਢਣਾ ਕਿ ਐਕਚੁਅਲ 'ਚ ਇਹ ਸਟੇਟਮੈਂਟ ਕਿਹੜਾ ਕੀ ਚਾਹੁੰਦੀ ਹੈ ਅਤੇ ਇਹਦੇ ਵਿੱਚ ਕੀ ਸਹੀ ਹੈ ਅਤੇ ਕੁਛ ਐਕਸਟ੍ਰੀਮ 'ਚ ਤਾਂ ਨਹੀਂ ਜਾ ਰਿਹਾ ਠੀਕ ਹੈ ਜੀ ਸੋ ਦੇਖੋ ਨਿਊ ਐੱਮ ਐੱਸ ਪੀ ਆਫ ਪੈਡੀ ਪੈਡੀ ਦੇ ਉੱਪਰ ਨਵੀਂ ਐੱਮ ਐੱਸ ਪੀ ਡਿਕਲੇਅਰ ਹੋਈ ਸੀ ਬਾਏ ਦੀ ਗਵਰਨਮੈਂਟ ਇਨ ਜੁਲਾਈ 2018 ਸੋ ਇਹ 2018 ਵਾਲਾ ਕੁਐਸਚਨ ਹੈ ਕਰੰਟ ਅਫੇਅਰਸ ਵਾਲਾ ਸੋ ਥੋੜ੍ਹਾ ਜਿਹਾ ਧਿਆਨ ਦੇ ਲਾਂਗੇ ਸੋ ਐੱਮ ਐੱਸ ਪੀ ਆਫ ਪੈਡੀ ਜਿਹੜੀ ਕਾਮਨ ਗ੍ਰੇਡ ਹੈ ਉਹਨੂੰ ਉਹਨਾਂ ਨੇ ਇੱਕ ਪਰਟੀਕੁਲਰ ਦਿੱਤਾ ਹੋਇਆ ਕਿ 200 ਪਰ ਕੁਇੰਟਲ ਗ੍ਰੇਡ ਏ ਵਰਾਇਟੀ ਦਾ ਇਹ ਰਹੇਗਾ ਦੈਨ ਗ੍ਰੇਡ ਮਤਲਬ ਲਾਈਕ ਉਹਨਾਂ ਨੇ ਇੱਕ ਲਿਮਿਟ ਦਿੱਤੀ ਹੋਈ ਹੈ ਤੁਸੀਂ ਦੱਸਣਾ ਹੈ ਕਿ ਲਿਮਿਟ ਕਿਹੜੀ ਰਹੇਗੀ ਠੀਕ ਹੈ ਜੀ ਅਤੇ ਨਿਊ ਹਾਂ ਸੋ ਇਹ ਲਿਮਿਟ ਹੈ ਇੱਕ ਵਾਰੀ ਇਹਨੂੰ ਰੀਡ ਔਨ ਕਰ ਲਓ ਆਈ ਥਿੰਕ ਕਿਸੇ ਨੂੰ ਨਹੀਂ ਵੀ ਆਉਂਦਾ ਹੋਏਗਾ ਕਿਉਂਕਿ 2018 ਦਾ ਪੇਪਰ ਹੈ ਸੋ ਅਸੀਂ ਦੇਖ ਲੈਂਦੇ ਹਾਂ ਕਿਹੜੀ ਹੈ 1 and 4 ਦੇਖੋ ਐੱਮ ਐੱਸ ਪੀ ਜਿਹੜੀ ਹੈ ਪੈਡੀ ਦੀ ਕਾਮਨ ਗ੍ਰੇਡ ਦੀ ਉਹਨੂੰ ਇਨਕਰੀਜ਼ ਕੀਤਾ ਗਿਆ ਬਾਏ ਮੋਰ ਦੈਨ 200 ਪਰ ਕੁਇੰਟਲ ਦੇ ਉੱਪਰ 200 ਤੋਂ ਜ਼ਿਆਦਾ ਸੀ ਦੈਨ ਗ੍ਰੇਡ ਏ ਵਰਾਇਟੀ 160 ਪਰ ਕੁਇੰਟਲ ਠੀਕ ਹੈ ਜੀ ਇਹਦੇ ਨਾਲ ਫਸਟ ਤੁਹਾਡਾ ਠੀਕ ਹੋ ਜਾਂਦਾ ਅਤੇ ਜਿਹੜਾ ਸੈਕਿੰਡ ਹੈ ਥਰਡ ਇਹ ਰੋਂਗ ਹੈ ਠੀਕ ਹੈ ਜੀ ਉਹ ਤਾਂ ਤੁਹਾਨੂੰ ਪਹਿਲਾਂ ਹੀ ਕਲੀਅਰ ਹੋ ਰਿਹਾ ਅਗਰ 200 ਹੈ ਉੱਥੇ 160 ਹੈ ਸੋ ਅਗਰ ਇਹ ਆਪਣਾ ਠੀਕ ਹੈ ਤਾਂ ਇਹ ਤਾਂ ਦੋਨੋਂ ਹੀ ਵੈਸੇ ਆਟੋਮੈਟਿਕਲੀ ਕ੍ਰੋਸ ਹੋ ਜਾਣਗੇ ਫੋਰਥ ਆਪਸ਼ਨ ਕੀ ਕਹਿ ਰਿਹਾ ਕਿ ਜਿਹੜੀ ਨਵੀਂ ਐੱਮ ਐੱਸ ਪੀ ਪੈਡੀ ਦੀ ਜਿਹੜੀ ਕਾਮਨ ਗ੍ਰੇਡ ਉਹ 1750 ਪਰ ਕੁਇੰਟਲ ਰਹੇਗੀ ਤੇ ਗ੍ਰੇਡ ਏ ਦੀ ਇੰਨੇ ਕੁਇੰਟਲ ਰਹੇਗੀ ਮਤਲਬ ਇਹ ਇਹਨਾਂ ਨੇ ਪਹਿਲੀ ਵਾਲੀ ਦਿੱਤੀ ਹੋਈ ਸੀ ਅਰਲੀਅਰ ਜਦੋਂ ਨਵੀਂ ਆਉਣ ਤੋਂ ਪਹਿਲਾਂ ਤੇ ਦੂਸਰੀ ਨਵੀਂ ਵਾਲੀ ਹੈ
ਠੀਕ ਹੈ ਜੀ। ਸੋ ਜਿਹੜੇ ਜਿਹੜੇ ਕੁਐਸਚਨ ਹੁਣ ਪੇਪਰ 'ਚ ਆ ਰਹੇ ਨੇ ਕਰੰਟ ਦੇ ਪਿਛਲੇ ਪੇਪਰਾਂ ਦੇ ਵਿੱਚ, ਉਹਨਾਂ ਨੂੰ ਯਾਦ ਕਰ ਲਓ। ਪੂਰਾ ਕਰੰਟ ਪੜ੍ਹਨ ਦੀ ਲੋੜ ਨਹੀਂ, ਹੁਣ ਤੁਸੀਂ 2018 ਦਾ ਕਰੰਟ ਤਾਂ ਬਹਿ ਕੇ ਪੜ੍ਹੋਗੇ ਨਹੀਂ, ਉਹ ਵੀ ਇੱਕ ਕੁਐਸਚਨ ਪਿੱਛੇ, ਉਹ ਤਾਂ ਵਰਥ ਹੀ ਨਹੀਂ ਹੈ। ਪਰ ਜਿਹੜਾ ਕੁਐਸਚਨ ਤੁਸੀਂ ਦੇਖ ਲਿਆ ਕਿ ਇਹ ਪ੍ਰੀਵੀਅਸ ਈਅਰ 'ਚ ਆਇਆ ਹੋਇਆ ਹੈ, ਉਹਨੂੰ ਯਾਦ ਕਰ ਲਓ, ਬਸ ਹੋਰ ਕੁਛ ਨਹੀਂ ਤੁਸੀਂ ਕਰਨਾ। ਠੀਕ ਹੈ ਜੀ, ਚਲੋ ਅੱਗੇ ਦੇਖਾਂਗੇ। ਵਾਟ ਇਜ਼ ਦ ਜੂਲੋਜੀਕਲ ਨੇਮ ਆਫ ਦ ਸਟੇਟ ਬਰਡ ਆਫ ਪੰਜਾਬ। ਸਟੇਟ ਬਰਡ ਆਫ ਪੰਜਾਬ ਦਾ ਜੂਲੋਜੀਕਲ ਨੇਮ ਕੀ ਹੈ? ਐਸੀਪੀਟਰ ਜ਼ੈਂਟਲਸ, ਐਂਟਲੋਪ ਜਾਂ ਡਲਬੇਰਗੀਆ ਜਾਂ ਇੱਕ ਔਰ ਨਹੀਂ ਆ? ਜਲਦੀ ਆਂਸਰ ਦਿਓ। ਯੈਸ, ਸੋ ਦ ਕਰੈਕਟ ਆਂਸਰ ਇਜ਼ ਐਸੀਪੀਟਰ ਜ਼ੈਂਟਲਸ। ਸੋ ਇਹਨੂੰ ਅਸੀਂ ਹੋਰ ਕੀ ਕਰਦੇ ਕਹਿੰਦੇ ਹਾਂ? ਨਦਰਨ ਗੋਸ਼ਾਕ, ਨਦਰਨ ਗੋਸ਼ਾਕ, ਹੈ ਨਾ, ਇਹ ਕਿਹਾ ਜਾਂਦਾ। ਨਦਰ ਨੇਮ ਨੋਰਮਲ ਉਹਦੇ ਵਿੱਚ ਤੁਸੀਂ ਜਾਣਦੇ ਹੋ ਤਾਂ ਉਹਨੂੰ ਨਦਰਨ ਗੋਸ਼ਾਕ ਕਹਿੰਦੇ ਆ, ਤੇ ਜੂਲੋਜੀਕਲ ਨੇਮ ਜਿਹੜਾ ਹੈ ਐਸੀਪੀਟਰ ਜ਼ੈਂਟਲਸ ਹੈ। ਓਕੇ, ਅੱਗੇ ਚੱਲਾਂਗੇ। ਇੰਡੀਆ ਹੈਜ਼ ਗਿਵਨ ਇਟਸ ਅਪਰੂਵਲ ਫੋਰ ਅਪਰੂਵਲ ਟੂ ਦੀ ਰਾਪਟਰ MOU। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਜਿਹੜੀ ਉਹ ਕਰੈਕਟ ਹੈ? ਹਾਂਜੀ, ਇਟ ਫਾਲਸ ਅੰਡਰ UN ਕਨਵੈਨਸ਼ਨ ਔਨ ਦੀ ਕੰਜ਼ਰਵੇਸ਼ਨ ਆਫ ਮਾਈਗ੍ਰੇਟਰੀ ਸਪੀਸੀਜ਼ ਆਫ ਵਾਈਲਡ ਐਨੀਮਲਸ। ਇਟ ਇਜ਼ ਅਬਾਊਟ ਦੀ ਕੰਜ਼ਰਵੇਸ਼ਨ ਆਫ ਬਰਡ ਪ੍ਰੇ ਇਨ ਅਫਰੀਕਾ ਐਂਡ ਯੂਰੇਸ਼ੀਆ। ਇਟ ਇਜ਼ ਨੋਟ ਲੀਗਲੀ ਬਾਈਂਡਿੰਗ। ਸੋ ਟਰਮ ਕੀ ਆ ਗਈ? ਨੋਟ। ਇਹਦੇ ਵਿੱਚ ਕੀ ਹੈ, ਤੁਸੀਂ ਐਕਸਟੈਂਡ ਕਰੋਗੇ ਇਹਦੀ ਜਿਹੜੀ ਕਵਰੇਜ ਹੈ ਟੂ ਦ 76 ਸਪੀਸੀਸ ਆਫ ਪ੍ਰੇ ਬਰਡਸ ਆਊਟ ਆਫ ਮੈਨੀ ਜਿਹੜੇ ਨੇ ਇੰਡੀਆ ਦੇ ਵਿੱਚ ਮਿਲਦੇ ਨੇ। ਹੁਣ ਇਹਨਾਂ 'ਚ ਕਰੈਕਟ ਆਂਸਰ ਕੀ ਆਏਗਾ ਜਲਦੀ ਜਲਦੀ ਦੱਸ ਦਿਓ। ਰੈਪਟਰ MOU, ਇਹ ਵੀ 2018 ਦੇ ਵਿੱਚ ਸਾਈਨ ਹੋਈ ਸੀ। ਸੋ ਇਹਦੇ ਬਾਰੇ ਥੋੜ੍ਹਾ ਇੱਕ ਆਈਡੀਆ ਹੋਣਾ ਜ਼ਰੂਰੀ ਹੈ। ਹਾਂਜੀ ਬਿਲਕੁਲ, ਨਦਰਨ ਗੋਸ਼ਾਕ ਔਰ ਬਾਜ, ਵੈਰੀ ਗੁੱਡ, ਵੈਰੀ ਗੁੱਡ ਅਨੋਨਮਸ। ਹਾਂਜੀ ਕੀ ਆਏਗਾ ਜੀ ਕਰੈਕਟ ਆਂਸਰ? ਫਟਾਫਟ ਆਂਸਰ ਦੇ ਦਿਓ। ਆਈ ਥਿੰਕ 2018 ਵਾਲੇ ਤੁਹਾਨੂੰ ਕੁਐਸਚਨ ਆਉਂਦੇ ਨਹੀਂ ਹੁਣ, ਪਰ ਕੋਈ ਨਾ, ਆਪਾਂ ਡਿਸਕਸ ਜ਼ਰੂਰ ਕਰਾਂਗੇ। ਸੋ 1, 2, 3 and 4, 1, 2, 3 and 4 ਇਜ਼ ਦ ਕਰੈਕਟ ਆਂਸਰ। ਇਹ ਜਿਹੜੀ MOU ਹੈ, ਰੈਪਟਰ MOU, ਇਹ UN ਕਨਵੈਨਸ਼ਨ ਆਫ ਕੰਜ਼ਰਵੇਸ਼ਨ ਆਫ ਮਾਈਗ੍ਰੇਟਰੀ ਸਪੀਸੀਜ਼ ਦੈਟ ਆਰ CMS ਆਫ ਵਾਈਲਡ ਐਨੀਮਲਸ, ਉਹਦੇ ਵਿੱਚ ਆਉਂਦੀ ਹੈ। ਬਿਲਕੁਲ ਠੀਕ ਹੈ, ਕੰਜ਼ਰਵੇਸ਼ਨ ਆਫ ਬਰਡਸ ਜਿਹੜੇ ਅਫਰੀਕਾ ਅਤੇ ਯੂਰੇਸ਼ੀਆ ਦੇ ਵਿੱਚ ਬਰਡਸ ਮਿਲਦੇ ਨੇ, ਉਹਨਾਂ ਨੂੰ ਕੰਜ਼ਰਵ ਕਰਨ ਦੀ ਗੱਲ ਕਰਦੀ ਹੈ। ਇਟ ਇਜ਼ ਨੋਟ ਲੀਗਲੀ ਬਾਈਂਡਿੰਗ। ਕਦੀ ਤੁਸੀਂ ਸੁਣੀਏ ਕਿ ਇਹ ਵਾਲੀ MOU ਕਈ ਵਾਰੀ ਹੋਵੇ, MOU ਕਦੀ ਵੀ ਲੀਗਲੀ ਬਾਈਂਡਿੰਗ ਨਹੀਂ ਹੁੰਦੀ। MOU ਕੀ ਹੁੰਦਾ? ਮੈਮੋਰੈਂਡਮ ਆਫ ਅੰਡਰਸਟੈਂਡਿੰਗ। ਠੀਕ ਹੈ ਜੀ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਬਾਈਂਡਿੰਗ ਨਹੀਂ ਹੁੰਦੀ। ਕਨਵੈਨਸ਼ਨਸ ਬਾਈਂਡਿੰਗ ਹੋ ਜਾਂਦੀਆਂ ਨੇ ਸਮਟਾਈਮਸ, ਕਈ ਕਨਵੈਨਸ਼ਨਸ ਵੀ ਬਾਈਂਡਿੰਗ ਨਹੀਂ ਹੋਣਗੀਆਂ। ਧਿਆਨ ਰੱਖਣਾ ਇਹ ਕਿਹੜੀ ਹੈ, ਲੀਗਲੀ ਬਾਈਂਡਿੰਗ ਨਹੀਂ ਹੈ। ਤੇ ਰੈਪਟਰ MOU ਜਿਹੜਾ ਕਵਰ ਕਰਦਾ 76 ਸਪੀਸੀਜ਼, ਬਿਲਕੁਲ ਸਹੀ ਗੱਲ ਕਹੀ ਹੈ, ਜਿਹਦੇ ਵਿੱਚ ਬਹੁਤ ਜ਼ਿਆਦਾ ਸਪੀਸੀਜ਼ ਜਿਹੜੇ ਨੇ ਇੰਡੀਆ ਦੇ ਵਿੱਚ ਅੱਕਲ ਵੀ ਕਰਦੇ ਨੇ। ਠੀਕ ਹੈ ਜੀ, ਚਲੋ ਅੱਗੇ ਚੱਲਾਂਗੇ। ਵਿੱਚ ਆਫ ਦੀ ਫੋਲੋਇੰਗ ਇਜ਼ ਟਰੂ ਅਬਾਊਟ ਇੰਡੀਅਨ ਵਲਚਰ, ਬੜਾ ਜ਼ਿਆਦਾ ਨਿਊਜ਼ 'ਚ ਰਹਿੰਦਾ ਹੈ। 2018 'ਚ ਵੀ ਕੁਐਸਚਨ ਆਇਆ ਹੋਇਆ ਹੈ, ਇਹ ਹੁਣ ਵੀ ਨਿਊਜ਼ 'ਚ, ਮਤਲਬ ਜ਼ਿਆਦਾਤਰ ਨਿਊਜ਼ 'ਚ ਰਹਿੰਦਾ ਹੀ ਰਹਿੰਦਾ ਹਰ ਸਾਲ। ਇਹਦੇ ਵਿੱਚ ਇਹਦੇ ਉੱਪਰ ਇੱਕ ਅੱਧਾ ਆਰਟੀਕਲ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲਦਾ। ਇੰਡੀਅਨ ਵਲਚਰ ਬਾਰੇ ਦੇਖਾਂਗੇ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਗਾਈਪਸ ਇੰਡੈਕਸ, ਬਾਇਨੋਮੀਅਲ ਨੋਮਨਕਲੇਚਰ ਦੇ ਅਕੋਰਡਿੰਗ ਇਹਨਾਂ ਦਾ ਜਿਹੜਾ ਡਿਕਲਾਈਨ ਹੈ ਕਿ ਇਹ ਕਿਉਂ ਮਰਦੇ ਜਾ ਰਹੇ ਨੇ, ਉਹ ਕੀ ਆਈਡੈਂਟੀਫਾਈ ਕੀਤਾ ਗਿਆ ਹੈ ਕਿ ਜਿਹੜਾ ਇਹਨੂੰ ਪੋਇਜ਼ਨ ਕੋਜ਼ ਕਰ ਦਿੱਤਾ ਜਾਂਦਾ ਬਾਈ ਇੱਕ ਡਰੱਗ, ਨਾਮ ਕੀ ਹੈ ਜੀ? ਡਾਈਕਲੋਫੈਨਾਈਕ। ਐਂਡ ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ ਜਿਹੜਾ ਹੈ ਸਪੈਸ਼ਲੀ ਇਹਨਾਂ ਦੀ ਕੰਜ਼ਰਵੇਸ਼ਨ ਲਈ ਬਣਾਇਆ ਗਿਆ ਝਾਰਖੰਡ ਦੇ ਵਿੱਚ। ਐਂਡ ਫੋਰਥ ਇਜ਼ ਰੀਸੈਂਟਲੀ ਜਿਹੜਾ ਇਹ ਵਲਚਰ ਰੀਇੰਟਰੋਡਕਸ਼ਨ ਪ੍ਰੋਗਰਾਮ ਹੈ ਉਹਨੂੰ ਲਾਂਚ ਕੀਤਾ ਗਿਆ ਹੈ ਬਾਈ ਦੀ ਹਰਿਆਣਾ ਗਵਰਨਮੈਂਟ। ਹਾਂਜੀ, ਮਤਲਬ 2018 'ਚ ਲਾਂਚ ਕੀਤਾ ਗਿਆ ਸੀ। ਸੋ ਯੂ ਨੀਡ ਟੂ ਬੀ ਅਵੇਅਰ ਅਬਾਊਟ ਦੀਸ ਥਿੰਗਸ। ਸੋ ਕੀ ਆਏਗਾ ਕਰੈਕਟ ਆਂਸਰ? ABCRD, ਵੈਰੀ ਗੁੱਡ, ਵੈਰੀ ਗੁੱਡ ਅਨੋਨਮਸ। ਬਾਕੀ ਵੀ ਦੋ ਬਈ, ਇੱਦਾਂ ਨਹੀਂ ਚੱਲੇਗਾ ਤੁਸੀਂ ਬੈਠ ਕੇ ਸਿਰਫ ਔਰ ਸਿਰਫ ਇੱਦਾਂ ਹੀ ਬਹਿ ਕੇ ਕਲਾਸ ਲੈ ਕੇ ਚੱਲ ਗਏ। ਯੂ ਨਾਟ ਹੇਅਰ ਟੂ ਸੀ ਦੀ ਮੂਵੀ, ਠੀਕ ਹੈ? ਪਿਕਚਰ ਦੇਖਣ ਨਹੀਂ ਅਸੀਂ ਆਏ, ਅਸੀਂ ਪੜ੍ਹਨ ਆਏ ਹਾਂ ਤੇ ਅਸੀਂ ਪਾਰਟੀਸਿਪੇਟ ਵੀ ਜ਼ਰੂਰ ਕਰਾਂਗੇ। ਸਵੇਰੇ ਸਵੇਰੇ ਉੱਠ ਕੇ ਅਗਰ ਆਪਣਾ ਟਾਈਮ ਦਿੰਦੇ ਹੋ ਤੁਹਾਨੂੰ ਪੂਰੀ ਤਰ੍ਹਾਂ ਹੀ ਯੂਟੀਲਾਈਜ਼ ਕਰਿਆ ਕਰੋ, ਪੂਰੀ ਤਰ੍ਹਾਂ ਦਿਆ ਕਰੋ, ਠੀਕ ਹੈ ਨਾ? ਸੋ ਕਰੈਕਟ ਆਂਸਰ ਕੀ ਆਏਗਾ ਜੀ? ਡੀ, ਬਿਲਕੁਲ ਸਹੀ, ਵੈਰੀ ਗੁੱਡ ਅਨੋਨਮਸ, ਡੀ ਇਜ਼ ਦ ਕਰੈਕਟ ਆਂਸਰ। ਇਹਨੂੰ ਗਾਈਪਸ ਇੰਡੈਕਸ ਹੀ ਆਪਾਂ ਕਹਿੰਦੇ ਹਾਂ, ਪਲੱਸ ਇਹਦੀ ਡਿਕਲਾਈਨ ਦਾ ਕੋਜ਼ ਕੀ ਹੈ? ਡਾਈਕਲੋਫੈਨਾਈਕ, ਇੱਕ ਇੱਦਾਂ ਦਾ
ड्रग है जिहड़ा आपां नूं किहदे च मिलदा है, हाँ ये जिहड़ा ड्रग है ज़्यादातर काउज दे विच मिलदा है। मतलब की हुंदा है कि जदों काउज दे विच इनफ्लेमेटरी स्वेलिंग हो जाती है ना, इनफ्लेमेशन हुंदी है, सो उहनूं प्रोटेक्ट करन वास्ते ये जिहड़ा ड्रग है रिड्यूस करन वास्ते दित्ता जाता है, डाइक्लोफेनाइड। तो बहुत ही डेंजरस ड्रग है, ठीक है जी, जिहड़ा ह्यूमन्स दे लई भी सही नहीं है। ਜਦੋਂ ਇਹ ਵਲਚਰ ਜਦੋਂ ਆਫਟਰ ਦੀ ਡੈਥ ਆਫ ਦੀ ਐਨੀਮਲਸ ਜਦੋਂ ਵਲਚਰ ਉਸ ਐਨੀਮਲ ਦੇ ਉੱਪਰ ਫੀਡ ਔਨ ਕਰਨਗੇ ਤਾਂ ਉਹਦੇ ਨਾਲ ਨਾਲ ਕੀ ਹੋਏਗਾ, ਇਹਨਾਂ ਦੀ ਡੈਥ ਹੋ ਜਾਏਗੀ, ਇਹਨਾਂ ਦੀ ਬੋਡੀ ਦੇ ਵਿੱਚ ਪੋਇਜ਼ਨ ਜਾਂਦਾ ਤੇ ਇਹਦੇ ਨਾਲ ਇਹਨਾਂ ਦੀ ਕਿਡਨੀ ਫੇਲੀਅਰ ਹੁੰਦਾ, ਇੰਡੀਅਨ ਵਲਚਰਸ ਦਾ ਕਿਡਨੀ ਫੇਲੀਅਰ ਹੋ ਜਾਂਦਾ ਜਿਹਦੇ ਕਾਰਨ ਡੈਥ ਹੋ ਜਾਏਗੀ। ਤੇ ਜਟਾਯੂ ਕੰਜ਼ਰਵੇਸ਼ਨ ਬਰੀਡਿੰਗ ਸੈਂਟਰ ਝਾਰਖੰਡ ਨਹੀਂ ਹੈ, ਹਰਿਆਣਾ ਦੇ ਵਿੱਚ ਹੈ, ਤਾਂ ਇਹਦੇ ਨਾਲ ਆਪਣਾ ਥਰਡ ਪੁਆਇੰਟ ਗਲਤ ਹੋ ਜਾਂਦਾ ਹੈ। So you just left with both these and fourth, बिल्कुल सही है कि हरियाणा गवर्नमेंट ने ही कंजर्वेशन का प्रोग्राम स्टार्ट किया सी। ठीक है जी, वेरी गुड, वेरी नाइस एनोनिमस। अच्छा चलो अगे देखांगे एग्रो क्लाइमेटिक जोन जेड़ा कॉलम ए च दिता हुआ है, कॉलम बी च तुसी दसना है। देखो सेंट्रल प्लेन जोन, सब माउंटेन अंडुलेटिंग जोन, वेस्टर्न जोन, वेस्ट प्लेन जोन। हाँ जी, मैच द फॉलोइंग क्विकली, जल्दी तो पहला मैच कर देंगे। हाँ जी फटाफट आंसर दे दियो एंड छेती तो पहला दस दियो, तो जेड़े बच्चे हले तक क्लास च नहीं आए उन्होंने ले आओ, सैशन शेयर कर दियो ज़्यादा तो ज़्यादा। इदा ही अपन डेली मॉर्निंग 8 बजे टिल योर एग्जाम टाइम दे पेपर तक मॉक टेस्ट लावांगे, उस तो बाद अगर पंजाब पुलिस की कोई डेट आ जाती है फिर वी विल टारगेट पंजाब पुलिस। दैन अपने को क्लर्क कम डीओ है, दैन वी हैव पी ट्रिपल एस बी क्लर्क, बड़े सारे एग्जाम्स ने, उस तो बाद पीसीएस भी आ जाएगा। ठीक है जी, करेक्ट आंसर की है ए, ए इज द करेक्ट आंसर, बी नहीं है। सेंट्रल प्लेन जोन होशियारपुर अपना सेंट्रल प्लेन जोन च आंदा है, सब माउंटेन अंडुलेटिंग जोन दे विच जलंधर है, वेस्टर्न जोन फिरोजपुर अपने वेस्ट दे विच पैंदा ना, पाकिस्तान दे नाल बॉर्डर है, शेयर हुंदा है पाकिस्तान दे, हाँ पाकिस्तान दे नेड़े-नेड़े पैंदा। सो वेस्ट जोन दे विच अपना फिरोजपुर पैंदा है एंड वेस्टर्न प्लेन जोन अपना मोगा। ठीक है जी, वेस्टर्न प्लेन जोन मोगा है। ओके अगे चलांगे, विच ऑफ द फॉलोइंग स्टेटमेंट इज करेक्ट। ठीक है, बागलीहार हाइड्रो पावर प्रोजेक्ट केड़ी रिवर ते बनया होया है, चेनाब ते। दुलहस्ती हाइड्रो पावर प्रोजेक्ट रिवर झेलम ते। सलाल हाइड्रो पावर प्रोजेक्ट ऑन द रिवर रावी। इन्हां विचों करेक्ट ऑप्शन केड़ा है जल्दी जल्दी दस दो। वन ओनली, वन एंड टू ओनली, वन एंड थ्री ओनली, वन टू एंड थ्री ओनली। हाँ जी एवरीवन फटाफट आंसर दो क्विकली जल्दी तो पहला एंड ओके ओनली वन, मतलब अनोनिमस वांट्स टू गो विद ओनली वन, बाकी बाकी किधर ना जाना चाहेंगे। देखो हाइड्रो पावर प्रोजेक्ट जड़े ने इंपॉर्टेंट ने, पोर्ट्स हो गए, माउंटेन पासेस हो गए, इदा दे जड़े रिवर्स दियां ट्रिब्यूटरीज, डैम्स वाला पोर्शन हो गया, ये बड़े इंपॉर्टेंट टॉपिक ने जड़े हुण तुसी देख सकते हो। ये बहुत ही सिंपल जा क्वेश्चन है जिन्हों कंबाइन करके उन्होंने पूछ लिया, ठीक है ना। सो करेक्ट आंसर एदा की है ओनली वन। ठीक है जी, बागलीहार रिवर चेनाब दे उपर है, दुलहस्ती यस वेरी गुड, दुलहस्ती भी चेनाब की ट्रिब्यूटरी है वो उपर ही है, झेलम से नहीं है, सो दे नाल सेकंड भी गलत हो जाता है। तो जो सलाल हाइड्रो पावर प्रोजेक्ट है, हाइड्रो पावर प्रोजेक्ट नहीं है, ये शिपिंग कंजर्वेशन कुछ शिपिंग कंजर्वेशन बॉडी है। ठीक है जी, ओके चलिए अगे, ग्रेट। नेक्स्ट, विच ऑफ द फॉलोइंग इज नॉट करेक्टली मैच, और इन्होंने केड़ा करेक्टली मैच नहीं है, मुंद्रा अल्ट्रा पावर प्रोजेक्ट, कांडला सेतु या कुंडकुलम। हाँ जी छेती छेती आंसर दे दो फटाफट। हाँ जी सॉरी, हाँ इतने हाइड्रो पावर, एक ना ये चीज मेरे तो गलती होगी, हाइड्रो पावर प्रोजेक्ट भी रिवर चेनाब से ही है, एक्सट्रीमली सॉरी, तीनों रिवर चेनाब दे ऊपर ही ने, मतलब तीनों हाइड्रो पावर प्रोजेक्ट रिवर चेनाब से ही तुहानू देखन नू मिलेंगे। ठीक है जी, सो ये दो पॉइंट्स तुहाडे गलत हो जाते हैं, तो फर्स्ट इज द करेक्ट वन। अच्छा हुण ये दसो, हुण इन्होंने इत्थे इहदे विच की पुछिया, इज नॉट करेक्टली मैच्ड, करेक्टली मैच्ड नहीं है, मुंद्रा कांडला सेतु या कुंडकुलम, कुडनकुलम,
ए बी सी या डी, फटाफट आंसर दो क्विकली जल्दी। यस सो करेक्ट आंसर की आएगा सी। देखो मुंद्रा जेड़ा है अल्ट्रा मेगा पावर प्रोजेक्ट ही है, बिल्कुल सही है। कांडला एक टाइडल पोर्ट है, बिल्कुल सही गुजरात दे विच। सेतु हाइड्रो ए जेड़ा है ना, सेतु जेड़ा है हाइड्रो सुंदरम प्रोजेक्ट नहीं है, ठीक है जी। ए कोई शिपिंग दे नाल एसोसिएटेड है, हाइड्रो पावर नहीं है। एंड कुंडकुलम न्यूक्लियर पावर प्लांट भी बिल्कुल सही है। सो सी इज नॉट द करेक्ट आंसर, ठीक है जी। तुसी सारे ने ए दिता बट सी इज द करेक्ट आंसर। ओके अगे चलांगे। विच अमंग द फॉलोइंग सिटी इज कॉल्ड जीरो माइल सेंटर, केड़ी सिटी नू जीरो माइल सेंटर कहा जाता है, क्यों? क्योंकि वो इंडिया की जोग्राफिकल उदा जिहड़ा सेंटर है, बिकॉज ऑफ इट्स लोकेशन ऑन इंडिया जोग्राफिक सेंटर। इंडिया का जिहड़ा जोग्राफिक सेंटर है उहदे कोल पैंदा है ए वाला रीजन, जिन्हों असी जीरो माइल सेंटर के नाम नाल जानते हाँ। भोपाल, जबलपुर, नागपुर, इंदौर, हाँ जी जल्दी जल्दी। सो करेक्ट आंसर की है जी नागपुर, नागपुर जीरो माइल जोन। अगे चलांगे नेक्स्ट पर। विच ऑफ द फॉलोइंग आर द बेनिफिट्स ऑफ इंप्लीमेंटिंग द इंटीग्रेटेड वाटरशेड डेवलपमेंट प्रोग्राम, इंटीग्रेटेड वाटरशेड डेवलपमेंट प्रोग्राम नू इंप्लीमेंट करन दे की फायदे ने? सॉयल रन ऑफ नू रोकदा, मतलब लाइक तुहानू पता होना चाहिए इंटीग्रेटेड वाटरशेड डेवलपमेंट प्रोग्राम हुंदा की है, इहदे बारे असीं जाणांगे। इहदे विच की है कि सॉयल रन ऑफ नू रोकना, प्रिवेंट करना, लिंक करना कंट्रीज पेरिनियल रिवर्स विद सीजनल रिवर्स एंड रेन वाटर हार्वेस्टिंग, रिचार्ज ऑफ ग्राउंड वाटर टेबल, रीजनरेशन ऑफ नैचुरल वेजिटेशन। वेरी ईजी क्वेश्चन, थोड़ा जहा दिमाग लगाओ, टेक्नीक का नाम पढ़ो तो ईजिली एलिमिनेट हो जाऊगा, ठीक है ना। करेक्ट आंसर की है जी सी 1, 3, 4। टू नहीं है क्योंकि जेड़ा है लिंकिंग द कंट्रीज पेरिनियल रिवर्स विद द सीजनल रिवर्स है, रिवर इंटरलिंकिंग प्रोजेक्ट का पार्ट, ठीक है जी। रिवर इंटरलिंकिंग प्रोजेक्ट का पार्ट है जी ये, वाटरशेड का पार्ट नहीं है। रिवर इंटरलिंकिंग दे विच की है जिहड़ियां पेरिनियल रिवर्स ने जिन्हां विच साल भर पानी रहिंदा है, उन्हां नूं असीं सीजनल रिवर्स जिहड़ियां सिर्फ मानसून सीजन च फ्लड करदियां ने उन्हां दे नाल जोड़ांगे, तां कि जिहड़े मतलब लाइक इदां हुंदा ना कदी कई कई बार किस रीजन दे विच फ्लड्स हुंदे ने इंडिया दे, दूसरे साइड दे उपर ड्रॉट्स देखण नूं मिलदे ने, इह जिहड़ा प्रॉब्लम है उनू काउंटर किया जाए, ठीक है जी। चलो जी अगे चलांगे नेक्स्ट क्वेश्चन वाल। विच ऑफ द फॉलोइंग पेयर्स आर करेक्ट, जवाहर, यूरेनियम, खेतरी, कॉपर, बहलगार, मैंगनीज, जडूबा, जडूहा, जिंक, हाँ जी। ए वन एंड टू, टू एंड, देखो जल्दी तो पहला आंसर दे दो की आंसर आएगा। 1, 2, 2, 3, 1, 4, 1, 3। हुण ये की है माइंस का क्वेश्चन है कि केड़ी माइन तो केड़ा मिनरल असी आपां नूं मिलदा है, असी इहनूं मिनरल्स दे विच वी पा सकदे हां। तो करेक्ट आंसर की आएगा बी 2 एंड 3। जवाहर माइंस यूरेनियम नहीं मिलदा, इंडिया च यूरेनियम मिलदा ही नहीं है, ठीक है जी। बहुत रेयरेस्ट ऑफ रेयर यूरेनियम आपां देखिया नहीं मिलदा, ते जवाहर माइंस पहला ही गलत हो गया, फर्स्ट फर्स्ट फर्स्ट, तो यू जस्ट लेफ्ट विद 2 एंड 3। अगला सेतु भारतम, सेतु भारतम प्रोजेक्ट इज कनेक्टेड विद विच ऑफ द फॉलोइंग ट्रांसपोर्ट सेक्टर, सेतु भारतम प्रोजेक्ट केड़े ट्रांसपोर्ट सेक्टर दे नाल कनेक्टेड है, रोड ट्रांसपोर्ट दे नाल, एयर ट्रांसपोर्ट दे नाल, इनलैंड वाटर ट्रांसपोर्ट दे नाल, या कोस्टल ट्रांसपोर्ट दे नाल। आई नो एक तुहानू नहीं पता होएगा, वेरी गुड, हाँ तुसी ओदां भी कर सकदे सी, वेरी गुड। करेक्ट आंसर की है जी रोड ट्रांसपोर्ट, सेतु भारतम प्रोजेक्ट जेड़ा है रोड ट्रांसपोर्ट दे नाल एसोसिएटेड है। चलो अगे चलांगे। विच ऑफ द फॉलोइंग क्रॉप्स आर कल्टीवेटेड इन द इक्वेटोरियल रीजन, इक्वेटोरियल रीजन आपां नूं पता है बहुत ज्यादा हाई टेंपरेचर हुंदा है, हाई रेनफॉल हुंदा है, सो उन्हां रीजनस दे विच केड़ी क्रॉप्स नूं कल्टीवेट कीता जांदा है, रबर, कोको, टी या शुगर केन, हां जी। इक्वेटोरियल रीजन तुहानू पता है बड़े प्रोमिनेंटली असीं इहनां नूं पढ़दे भी हाँ जदों असीं क्लाइमेट्स ऑफ इंडिया की गल करते हाँ,
इक्वेटोरियल रीजन ਦੇ ਵਿੱਚ ਕਿਹੜੀਆਂ ਕ੍ਰੌਪਸ ਗਰੋ ਕਰਨਗੀਆਂ। ਹੁਣ ਅਗਰ ਤੁਹਾਨੂੰ ਇਹਨਾਂ ਵਿੱਚੋਂ ਹਰ ਇੱਕ ਕ੍ਰੌਪ ਦੀ ਥੋੜੀ ਥੋੜੀ ਕੈਰੇਕਟਰਿਸਟਿਕਸ ਵੀ ਪਤਾ ਨੇ, ਤੁਸੀਂ ਬੜੇ ਈਜ਼ੀਲੀ ਇਹਨੂੰ ਕ੍ਰੈਕ ਕਰ ਸਕਦੇ ਹੋ ਕੁਐਸਚਨ। ਹਾਂਜੀ, ਰਬਰ, ਕੋਕੋ, ਟੀ ਜਾਂ ਸ਼ੂਗਰ ਕੇਨ। ਸੋ ਕਰੈਕਟ ਆਨਸਰ ਕੀ ਆਏਗਾ? ਡੀ। ਇਹ ਸਾਰੀਆਂ ਦੀਆਂ ਸਾਰੀਆਂ ਕ੍ਰੌਪਸ ਇਕਵੇਟੋਰੀਅਲ ਰੀਜਨ ਦੇ ਵਿੱਚ ਗਰੋ ਹੁੰਦੀਆਂ ਨੇ, ਰਬਰ, ਕੋਕੋ, ਟੀ ਐਂਡ ਸ਼ੂਗਰ ਕੇਨ। ਅੱਗੇ ਚੱਲਾਂਗੇ। ਹੂ ਸੈਡ ਇਨਜਸਟਿਸ ਐਨੀਵੇਅਰ ਇਜ਼ ਅ ਥ੍ਰੈਟ ਟੂ ਜਸਟਿਸ ਐਵਰੀਵੇਅਰ? ਇਹ ਗੱਲ ਕਿਹਨਾਂ ਨੇ ਕਹੀ ਕਿ ਜਿਹੜਾ ਇਨਜਸਟਿਸ, ਅਗਰ ਕਿਤੇ ਵੀ ਇਨਜਸਟਿਸ ਹੁੰਦਾ ਹੈ ਤਾਂ ਉਹ ਹਰ ਇੱਕ ਲਈ ਖਤਰਾ ਹੈ? ਇਬਰਾਹਿਮ ਲਿੰਕਨ, ਮਾਲਕਮ ਐਕਸ, ਮਹਾਤਮਾ ਗਾਂਧੀ ਜਾਂ ਮਾਰਟਿਨ ਲੂਥਰ ਕਿੰਗ? ਹਾਂਜੀ, ਛੇਤੀ ਤੋਂ ਪਹਿਲਾਂ ਆਂਸਰ ਦੇ ਦਿਓ ਤੇ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰਦੇ ਜਾਵਾਂਗੇ ਜਿਹੜੇ ਹੁਣੇ ਹੁਣੇ ਆ ਰਹੇ ਨੇ। ਸੈਸ਼ਨ ਨੂੰ ਫਟਾਫਟ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਬੱਚੇ ਵੀ ਆ ਜਾਣ। ਕਰੈਕਟ ਆਂਸਰ ਕੀ ਆਏਗਾ ਜੀ? ਮਾਰਟਿਨ ਲੂਥਰ ਕਿੰਗ। ਵੈਰੀ ਗੁੱਡ, ਡੀ। ਅਗਲਾ, ਹੂ ਕੋਇਨ ਦ ਫਰੇਜ਼ ਬੈਨਲ ਨੈਸ਼ਨਲਿਜ਼ਮ? ਇਹ ਫਰੇਜ਼ ਕਿਹਨੇ ਕੋਇਨ ਕੀਤਾ ਸੀ? ਜ਼ਾਂਕਿਨ, ਬੀਜਿੰਗ, ਬਿਲਿੰਗਜ, ਕੋਡੀਓ ਜਾਂ ਨਰੇਨ? ਹਾਂਜੀ, ਏ, ਬੀ, ਸੀ ਜਾਂ ਡੀ? ਪ੍ਰੀਵੀਅਸ ਈਅਰ ਕੁਐਸਚਨਸ ਨੂੰ ਛੱਡ ਕੇ ਜਾਣ ਦੀ ਗਲਤੀ ਆਪਾਂ ਨਹੀਂ ਕਰਾਂਗੇ। ਜੇ ਤੁਸੀਂ ਕਰ ਗਏ ਇਹ ਤੁਹਾਡੀ ਗਲਤੀ ਹੈ, ਠੀਕ ਹੈ ਨਾ। ਫਿਰ ਮੈਂ ਕਹਿਣਾ ਕਿ ਮੈਮ ਤੁਸੀਂ ਦੱਸਿਆ ਨਹੀਂ। ਮੈਂ ਤੁਹਾਨੂੰ ਸਾਫ ਸਾਫ ਕਹਿ ਰਹੀ ਹਾਂ ਕਿ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਰਿਵਾਈਜ਼ ਕਰੋ, ਜਿੰਨਾ ਜ਼ਿਆਦਾ ਕਰ ਸਕਦੇ ਹੋ, ਜਿੰਨਾ ਸੋਲਵ ਕਰ ਸਕਦੇ ਹੋ ਉਨਾ ਸੋਲਵ ਕਰ ਲਓ, ਹਲੇ ਵੀ ਟਾਈਮ ਹੈਗਾ। ਕਰੈਕਟ ਆਨਸਰ ਕੀ ਹੈ ਜੀ? ਮਾਈਕਲ। ਠੀਕ ਹੈ ਜੀ, ਮਾਈਕਲ, ਓਕੇ। ਅੱਗੇ ਚੱਲਾਂਗੇ। ਹੂ ਕੋਇਨਡ ਦ ਨੇਮ ਯੂਨਾਈਟਿਡ ਨੇਸ਼ਨ? ਯੂਨਾਈਟਿਡ ਨੇਸ਼ਨ ਨੇਮ ਕਿਹਨੇ ਦਿੱਤਾ ਸੀ? ਫਰੈਂਕਲਿਨ ਡੀ ਰੂਜ਼ਵੈਲਟ, ਵਿਲਸਟਨ ਚਰਚਿਲ, ਟ੍ਰਾਇਗੇਵ ਜਾਂ ਚਾਰਲਸ ਡੀ ਗੁਲੇ? ਹਾਂਜੀ, ਯੂਨਾਈਟਿਡ ਨੇਸ਼ਨ ਨੇਮ ਕਿਹਨੇ ਦਿੱਤਾ ਸੀ? ਯੂਨਾਈਟਿਡ ਨੇਸ਼ਨ ਨੇਮ ਜਾਂ ਟਰਮ ਕਿਹਨੇ ਕੋਇਨ ਕੀਤੀ ਸੀ? ਵੈਰੀ ਨਾਈਸ, ਕਰੈਕਟ ਆਨਸਰ ਕੀ ਆਏਗਾ? ਫਰੈਂਕਲਿਨ ਡੀ ਰੂਜ਼ਵੈਲਟ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਦੀ ਲੇਟੈਸਟ ਨੰਬਰ ਲੇਟੈਸਟ ਮੈਂਬਰ ਆਫ ਯੂਨਾਈਟਿਡ ਨੇਸ਼ਨ? ਦੈਟ ਇਜ਼ 193rd ਮੈਂਬਰ ਆਫ ਯੂਨਾਈਟਿਡ ਨੇਸ਼ਨ। ਕਿਹੜੀ ਕੰਟਰੀ ਬਣੀ ਹੈ ਪਹਿਲੋਂ? ਸਾਊਥ ਸੁਡਾਨ, ਲਿਚੈਂਸਟਨ ਜਾਂ ਸਰਬੀਆ? ਹਾਂਜੀ, ਏ, ਬੀ, ਸੀ ਜਾਂ ਡੀ? 193rd ਮੈਂਬਰ ਆਫ ਯੂਨਾਈਟਿਡ ਸਟੇਟਸ ਕਿਹੜੀ ਕੰਟਰੀ ਬਣੀ ਸੀ? ਕਰੈਕਟ ਆਨਸਰ ਇਜ਼ ਸਾਊਥ ਸੁਡਾਨ। ਠੀਕ ਹੈ ਜੀ, ਸਾਊਥ ਸੁਡਾਨ, ਵੈਰੀ ਗੁੱਡ। ਅਗਲਾ ਦੇਖਾਂਗੇ, ਵਿਚ ਆਫ ਦੀ ਫੋਲੋਇੰਗ ਇਜ਼ ਇਨਕਰੈਕਟ? ਮੈਚ ਬਿਟਵੀਨ ਦ ਯੂਐਨ ਏਜੰਸੀ ਐਂਡ ਦੇਅਰ ਹੈੱਡਕੁਆਟਰਸ। ਹੁਣ ਹੈੱਡਕੁਆਟਰਸ ਤੇ ਯੂਐਨ ਏਜੰਸੀ ਬਾਰੇ ਤੁਸੀਂ ਦੱਸਣਾ ਹੈ। ਫੂਡ ਦੀ ਜਿਹੜੀ ਹੈ ਰੋਮ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਰੋਮ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਨੇਵਾ, ਇੰਟਰਨੈਸ਼ਨਲ ਮੋਨੀਟਰੀ ਫੰਡ ਨਿਊਯਾਰਕ ਤੇ ਯੂਨੈਸਕੋ ਪੈਰਿਸ। ਹਾਂਜੀ, ਕੀ ਆਏਗਾ ਕਰੈਕਟ ਆਨਸਰ ਇਹਨਾਂ ਵਿੱਚੋਂ ਕਿਹੜਾ ਗਲਤ ਹੈ? ਬੜਾ ਈਜ਼ੀ ਕੁਐਸਚਨ ਹੈ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਕੁਐਸਚਨ ਬੜਾ ਜ਼ਿਆਦਾ ਇੰਪੋਰਟੈਂਟ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਕਨਵੈਨਸ਼ਨ ਇੰਪੋਰਟੈਂਟ ਨੇ। ਯੈਸ, ਵੈਰੀ ਗੁੱਡ, ਕਰੈਕਟ ਆਨਸਰ ਕੀ ਹੈ? ਸੀ, ਇੰਟਰਨੈਸ਼ਨਲ ਮੋਨੀਟਰੀ ਫੰਡ ਨਿਊਯਾਰਕ ਨਹੀਂ ਹੈ, ਵਾਸ਼ਿੰਗਟਨ ਡੀ ਸੀ ਹੈ। ਠੀਕ ਹੈ ਜੀ, ਵਾਸ਼ਿੰਗਟਨ ਡੀ ਸੀ ਹੈ। ਓਕੇ, ਸੋ ਹੁਣ ਇੰਡੀਅਨ ਕੋਨਸਟੀਟਿਊਸ਼ਨ ਬਾਰੇ ਪੁੱਛ ਰਹੇ ਨੇ ਕਿ ਕਿਹੜੇ ਫੀਚਰਸ ਨੇ ਇੰਡੀਅਨ ਕੋਨਸਟੀਟਿਊਸ਼ਨ ਨੇ, ਕਿੱਥੋਂ ਲਿੱਤੇ ਨੇ? ਫੈਡਰਲਿਜ਼ਮ, ਫੰਡਾਮੈਂਟਲ ਡਿਊਟੀਜ਼, ਡੀਪੀਐਸਪੀ, ਜੁਡੀਸ਼ੀਅਲ ਰਿਵਿਊ ਵਿਦ ਕੰਟਰੀ, ਕਿਹਦੇ ਤੋਂ ਅਡੋਪਟ ਕੀਤੇ ਨੇ? ਜਲਦੀ ਜਲਦੀ ਆਪਸ਼ਨ ਦਾ ਆਨਸਰ ਦੇ ਦਿਓ, ਏ, ਬੀ, ਸੀ ਆਰ ਡੀ। ਹਾਂਜੀ, ਕੀ ਆਏਗਾ ਜੀ ਕਰੈਕਟ ਆਨਸਰ? ਅਗੇਨ ਅ ਵੈਰੀ ਈਜ਼ੀ ਕੁਐਸਚਨ, ਜਦੋਂ ਤੁਸੀਂ ਕੋਨਸਟੀਟਿਊਸ਼ਨ ਪੜ੍ਹਦੇ ਹੋ ਤਾਂ ਉਹਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੀ ਨੇ। ਠੀਕ ਹੈ ਜੀ, ਆਪਾਂ ਪੜ੍ਹਦੇ ਹਾਂ, ਇਹ ਸੋਰਸਿਸ ਆਫ ਇੰਡੀਅਨ ਕੋਨਸਟੀਟਿਊਸ਼ਨ ਦੇ ਵਿੱਚੋਂ ਕੁਐਸਚਨ ਹੈ। ਸੋਰਸਿਸ ਆਫ ਇੰਡੀਅਨ ਕੋਨਸਟੀਟਿਊਸ਼ਨ, ਹਾਂਜੀ, ਕਿਹੜੀ ਚੀਜ਼ ਕਿੱਥੋਂ ਲਿੱਤੀ ਗਈ ਹੈ, ਇਹਦੇ ਬਾਰੇ ਤੁਸੀਂ ਦੱਸਣਾ ਹੈ। ਜਲਦੀ ਜਲਦੀ ਆਨਸਰ ਦੇ ਦਿਓ, ਬੜਾ ਈਜ਼ੀ ਕੁਐਸਚਨ ਹੈ, ਇੰਨੀ ਵਾਰੀ ਪੜ੍ਹਿਆ ਹੋਇਆ ਹੈ। ਡੀਪੀਐਸਪੀ ਕਿੱਥੋਂ ਲਿੱਤੇ ਗਏ ਨੇ? ਯੈਸ, ਸੋ ਕਰੈਕਟ ਆਨਸਰ ਇਜ਼ ਏ, 1, 2, 3 and 4। ਦੇਖੋ, ਡੀਪੀਐਸਪੀ ਆਇਰਲੈਂਡ ਹੀ ਨੇ। ਠੀਕ ਹੈ ਜੀ, ਈਜ਼ੀਲੀ ਚੈੱਕ ਕਰੋ, ਥਰਡ ਵਾਲਾ ਆਪਸ਼ਨ 2 ਨੇ, ਸੋ ਸੈਕਿੰਡ ਐਂਡ ਥਰਡ ਐਲੀਮੀਨੇਟਡ, ਯੂ ਜਸਟ ਲੇਫਟ ਵਿਦ ਦੀਜ਼ ਆਪਸ਼ਨਸ।
ਫੈਡਰਲਿਜ਼ਮ ਅਸੀਂ ਕਿੱਥੋਂ ਲੈਂਦੇ ਹਾਂ? ਕੈਨੇਡਾ ਤੋਂ ਲੈਂਦੇ ਹਾਂ। ਠੀਕ ਹੈ ਜੀ, ਸੋ ਇਹਦੇ ਨਾਲ ਆਪਣਾ ਫਸਟ ਕੁਐਸਚਨ ਜਿਹੜਾ ਹੈ, ਫਸਟ ਪਾਰਟ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ। ਅਗਰ ਇੱਕ ਵੀ ਐਲੀਮੀਨੇਟ ਕਰ ਲੈਂਦੇ ਹੋ ਤਾਂ ਉਹਨੂੰ ਦੂਸਰਿਆਂ ਤੇ ਦੂਸਰੇ ਆਪਸ਼ਨ ਨੂੰ ਐਲੀਮੀਨੇਟ ਕਰਨ ਲਈ ਤੁਹਾਡੇ ਲਈ ਈਜ਼ੀ ਹੋ ਜਾਏਗਾ। ਓਕੇ, ਅੱਗੇ ਚੱਲਾਂਗੇ। ਕਿਹੜੀਆਂ ਦੋ ਪਾਰਲੀਮੈਂਟਰੀ ਕਮੇਟੀਜ਼ ਨੇ ਜਿਨ੍ਹਾਂ ਨੂੰ ਟਵਿਨ ਸਿਸਟਰ ਕਿਹਾ ਜਾਂਦਾ ਹੈ? ਦੋ ਪਾਰਲੀਮੈਂਟਰੀ ਕਮੇਟੀਜ਼ ਜਿਨ੍ਹਾਂ ਨੂੰ ਟਵਿਨ ਸਿਸਟਰਸ ਕਿਹਾ ਜਾਂਦਾ ਹੈ, ਪਬਲਿਕ ਅਕਾਊਂਟ ਤੇ ਐਸਟੀਮੇਟ, ਪਬਲਿਕ ਅਕਾਊਂਟ ਤੇ ਕਮੇਟੀ ਆਫ ਪਬਲਿਕ ਅੰਡਰਸਟੈਂਡਿੰਗ ਅੰਡਰਟੇਕਿੰਗ, ਲਾਅ ਕਮੇਟੀ ਜਾਂ ਡੈਲੀਗੇਟ ਲੈਜਿਸਲੇਸ਼ਨ ਜਾਂ ਕਮੇਟੀ ਔਨ ਪ੍ਰਿਵਿਲੇਜਸ, ਕਮੇਟੀ ਔਨ ਪਟੀਸ਼ਨਸ। ਵੈਰੀ ਈਜ਼ੀ ਕੁਐਸਚਨ, ਅਗੇਨ ਜਲਦੀ ਜਲਦੀ ਆਨਸਰ ਦੇ ਦਿਓ। ਬੜਾ ਬਹੁਤ ਵਾਰੀ ਤੁਸੀਂ ਪੜ੍ਹੀ ਹੋਈ ਹੈ ਕਮੇਟੀ, ਟਵਿਨ ਸਿਸਟਰਸ। ਹਾਂਜੀ, ਯੈਸ, ਸੋ ਕਰੈਕਟ ਆਨਸਰ ਇਸ ਪਬਲਿਕ ਅਕਾਊਂਟ ਕਮੇਟੀ ਐਂਡ ਐਸਟੀਮੇਟਸ ਕਮੇਟੀ। ਅੱਗੇ ਰੋਹਿੰਗਿਆ ਕ੍ਰਾਈਸਿਸ ਬਾਰੇ ਦੇਖਾਂਗੇ। ਰੋਹਿੰਗਿਆ ਕ੍ਰਾਈਸਿਸ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦਾ ਹੈ ਕਿਉਂਕਿ ਇੱਕ ਅਜਿਹੀ ਕਮਿਊਨਿਟੀ ਹੈ ਜਿਹੜੀ ਰਿਫਿਊਜੀਜ਼ ਹੈ। ਠੀਕ ਹੈ ਜੀ, ਠੀਕ ਹੈ ਨਾ। ਸੋ ਰੋਹਿੰਗਿਆ ਕ੍ਰਾਈਸਿਸ ਬਾਰੇ ਜਾਣਾਂਗੇ। ਰੋਹਿੰਗਿਆ ਕੌਣ ਨੇ? ਇੱਕ ਐਥਨਿਕ ਗਰੁੱਪ ਹੈ ਜਿਹਦੇ ਵਿੱਚ ਮੁਸਲਿਮਸ ਆਉਂਦੇ ਨੇ, ਜਿਹੜੇ ਕਿੱਥੇ ਰਹਿੰਦੇ ਨੇ? ਮਿਆਨਮਾਰ ਦੇ ਵਿੱਚ, ਰਾਖੀਨ ਸਟੇਟ ਹੈ। ਠੀਕ ਹੈ ਜੀ, ਰਾਖੀਨ ਸਟੇਟ ਦੇ ਵਿੱਚ ਰਹਿੰਦੇ ਨੇ। ਜਿੰਨੇ ਵੀ ਰੋਹਿੰਗਿਆਜ਼ ਨੇ ਉਹ ਫੁੱਲ ਸਿਟੀਜ਼ਨਸ ਨੇ ਕਿਹਦੇ? ਮਿਆਨਮਾਰ ਦੇ। ਐਂਡ UN ਦੇ ਅਕੋਰਡਿੰਗ ਜਿਹੜੀ ਰੋਹਿੰਗਿਆ ਕ੍ਰਾਈਸਿਸ ਹੈ ਉਹ ਮੇਜਰਲੀ ਰਿਜ਼ਲਟ ਨਿਕਲ ਕੇ ਆਇਆ। ਕਿਉਂ? ਕਿਉਂਕਿ ਮਿਆਨਮਾਰ ਸਟੇਟ ਨੇ ਐਥਨਿਕ ਕਲੀਜ਼ਿੰਗ ਕੀਤੀ, ਮਤਲਬ ਜਿਹੜੀਆਂ ਉੱਥੇ ਦੀਆਂ ਐਥਨਿਕ ਕਮਿਊਨਿਟੀਜ਼ ਨਹੀਂ ਸੀ ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ। ਠੀਕ ਹੈ ਨਾ। ਹਾਂਜੀ, 1 and 2, 2 and 3, 1 and 3 ਔਰ 1, 2 and 3 ਕਰੈਕਟ ਆਨਸਰ ਕੀ ਆਏਗਾ? ਸੀ, 1 and 3। ਠੀਕ ਹੈ ਜੀ, ਜਿਹੜੇ ਵੀ ਰੋਹਿੰਗਿਆਜ਼ ਨੇ ਉਹ ਰਿਫਿਊਜੀਜ਼ ਨੇ, ਉਹ ਫੁੱਲ ਸਿਟੀਜ਼ਨਸ ਹੈ ਹੀ ਨਹੀਂ। ਅਗਰ ਉਹ ਫੁੱਲ ਸਿਟੀਜ਼ਨਸ ਹੁੰਦੇ ਮਿਆਨਮਾਰ ਦੇ ਤਾਂ ਮਿਆਨਮਾਰ ਗਵਰਨਮੈਂਟ ਨੇ ਉਹਨਾਂ ਨੂੰ ਕੱਢਣਾ ਕਿਉਂ ਸੀ? ਹਨਾ, ਕਾਮਨ ਸੈਂਸ ਦੀ ਗੱਲ ਕਿ ਅਗਰ ਉਹ ਫੁੱਲ ਸਿਟੀਜ਼ਨਸ ਨੇ ਤਾਂ ਮਿਆਨਮਾਰ ਦੀ ਗਵਰਨਮੈਂਟ ਕੱਢੇਗੀ ਕਿਉਂ? ਅਗਰ ਉਹ ਸਿਟੀਜ਼ਨਸ ਨਹੀਂ ਹੈਗੇ ਤਾਂ ਹੀ ਕੱਢੇ ਹੈ ਨਾ। ਠੀਕ ਹੈ ਨਾ, ਚਲੋ ਅੱਗੇ ਚੱਲਾਂਗੇ। ਨੈਕਸਟ ਕੁਐਸਚਨ ਦੇਖੋ, ਕਿਹੜੀ ਅਮੈਂਡਮੈਂਟ ਨੂੰ ਮਿਨੀ ਕੌਨਸਟੀਟਿਊਸ਼ਨ ਕਿਹਾ ਜਾਂਦਾ? ਬੜਾ ਹੀ ਸੌਖਾ ਕੁਐਸਚਨ, ਜਲਦੀ ਜਲਦੀ ਆਨਸਰ ਦੇ ਦਿਓ। ਇਹ ਤਾਂ ਆਉਂਦਾ ਹੀ ਹੋਏਗਾ, ਮਿਨੀ ਕੌਨਸਟੀਟਿਊਸ਼ਨ ਕਿਹੜੀ ਅਮੈਂਡਮੈਂਟ ਨੂੰ ਕਿਹਾ ਜਾਂਦਾ ਹੈ? ਏ, ਬੀ, ਸੀ ਜਾਂ ਡੀ? ਏ, ਬੀ, ਸੀ ਜਾਂ ਡੀ? ਮਿਨੀ ਕੌਨਸਟੀਟਿਊਸ਼ਨ, ਵੈਰੀ ਈਜ਼ੀ, ਵੈਰੀ ਨਾਈਸ, 42nd ਕੌਨਸਟੀਟਿਊਸ਼ਨ ਅਮੈਂਡਮੈਂਟ। ਓਕੇ, ਹੁਣ ਤੁਸੀਂ ਨਾ ਦੱਸਣਾ ਹੈ ਸ਼ਡਿਊਲਸ ਦੇ ਬਾਰੇ ਕੁਐਸਚਨ ਹੈ, ਜਲਦੀ ਜਲਦੀ ਆਨਸਰ ਦੇ ਦਿਓ। ਸ਼ਡਿਊਲਸ ਬਾਰੇ ਕੁਐਸਚਨ ਹੈ, ਇਹਦੇ ਵਿੱਚੋਂ ਤੁਸੀਂ ਇਨਕਰੈਕਟ ਵਾਲਾ ਲੱਭਣਾ। ਇਨਕਰੈਕਟ, ਵਿਚ ਆਫ ਦੀ ਫੋਲੋਇੰਗ ਇਜ਼ ਇਨਕਰੈਕਟ ਰਿਗਾਰਡਿੰਗ ਦੀ ਸ਼ਡਿਊਲਸ? ਟੋਟਲ 12 ਸ਼ਡਿਊਲਸ ਨੇ, ਜਿਹੜਾ 11ਵਾਂ ਅਤੇ 12ਵਾਂ ਸ਼ਡਿਊਲ ਹੈ ਉਹਨੂੰ 43rd and 42nd ਅਮੈਂਡਮੈਂਟ ਦੇ ਨਾਲ ਪਾਇਆ ਗਿਆ। ਥਰਡ ਪੁਆਇੰਟ ਕੀ ਕਹਿ ਰਿਹਾ ਕਿ 9th ਸ਼ਡਿਊਲ ਜਿਹੜਾ ਹੈ ਉਹ ਆਪਣੀ ਫਸਟ ਅਮੈਂਡਮੈਂਟ ਦੇ ਥਰੂ ਐਡ ਆਨ ਕੀਤਾ ਗਿਆ ਸੀ। ਐਂਡ ਐਂਟੀ ਡਿਫੈਕਸ਼ਨ ਲਾਅ ਜਿਹੜਾ ਕਿ ਆਪਣਾ 10th ਸ਼ਡਿਊਲ ਹੈ ਉਹਨੂੰ 42nd ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ। ਸੋ ਕਰੈਕਟ ਆਨਸਰ ਡੀ ਹੈ। ਕਿਉਂ? ਕਿਉਂਕਿ ਇੱਥੇ 42nd ਨਹੀਂ 52nd ਆਏਗਾ। ਠੀਕ ਹੈ ਜੀ, 42nd ਨਹੀਂ 52nd ਆਨਸਰ ਆਉਣਾ ਹੈ, ਤਾਂ ਉਹਦੇ ਨਾਲ ਡੀ ਗਲਤ ਹੋ ਜਾਂਦਾ। ਵੈਰੀ ਨਾਈਸ। ਓਕੇ, ਅੱਛਾ, ਹੁਣ ਪੋਲੀਟੀਕਲ ਪਾਰਟੀ ਨੂੰ ਨੈਸ਼ਨਲ ਪਾਰਟੀ ਰਿਕੋਗਨਾਈਜ਼ ਕਰਨ ਵਾਸਤੇ ਆਨਸਰ ਹੀ ਦਿਖ ਗਿਆ, ਪਰ ਉੱਦਾਂ ਹੀ ਡਿਸਕਸ ਕਰਦੇ ਹਾਂ। ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਹਨੂੰ ਨੈਸ਼ਨਲ ਪਾਰਟੀ ਡਿਕਲੇਅਰ ਕਰਨਾ ਹੋਵੇ, ਉਹਦੇ ਲਈ ਸਰਟਨ ਕੰਡੀਸ਼ਨਸ ਕੀ ਨੇ ਕਿ ਅਗਰ ਪਾਰਟੀ ਨੂੰ ਸਟੇਟ ਪਾਰਟੀ, ਅਗਰ ਕੋਈ ਵੀ ਪਾਰਟੀ ਕਿਸੇ ਵੀ ਸਟੇਟ ਦੇ ਵਿੱਚ ਐਟਲੀਸਟ 2 ਸਟੇਟਸ ਦੇ ਵਿੱਚ ਉਹ ਰੈਕੋਗਨਾਈਜ਼ ਪਾਰਟੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਜਿਵੇਂ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ, ਅਗਰ 4 ਸਟੇਟਸ ਦੇ ਵਿੱਚ, ਮਤਲਬ ਹੁਣ ਵੀ ਨੈਸ਼ਨਲ ਪਾਰਟੀ ਹੀ ਰੈਕੋਗਨਾਈਜ਼ ਕੀਤੀ ਜਾਏਗੀ। ਕਿਉਂ? ਕਿਉਂਕਿ 2 ਸਟੇਟਸ ਦੇ ਵਿੱਚ ਆਮ ਆਦਮੀ ਪਾਰਟੀ ਹੈ, ਦਿੱਲੀ ਤੇ ਪੰਜਾਬ ਦੇ ਵਿੱਚ। ਐਂਡ ਈਵਨ ਬਾਕੀ 2 ਹੋਰ ਸਟੇਟਸ ਵੀ ਹੈਗੇ ਨੇ ਜਿੱਥੇ ਉਹ ਇੱਕ ਕ੍ਰਾਈਟੀਰੀਆ ਨੂੰ ਫੁਲਫਿਲ ਕਰ ਦਿੰਦੇ ਨੇ। ਠੀਕ ਹੈ ਜੀ, ਅਗਲਾ, ਹੁਣ ਪੰਚਾਇਤੀ ਇਲੈਕਸ਼ਨ ਹੋਈਆਂ ਸੀ ਪੰਜਾਬ ਦੇ ਵਿੱਚ 2018 ਦੇ ਵਿੱਚ। ਠੀਕ ਹੈ ਜੀ, ਪੰਚਾਇਤੀ ਰਾਜ ਇੰਸਟੀਟਿਊਸ਼ਨ ਬਾਰੇ ਤੁਸੀਂ ਦੱਸਣਾ ਹੈ ਤੇ ਇਨਕਰੈਕਟ ਦੱਸਣਾ। ਇਹਨਾਂ ਵਿੱਚੋਂ ਜਿਹੜਾ ਕਿਹੜੀ ਚੀਜ਼ ਇਨਕਰੈਕਟ ਹੈ? ਟਰਮ ਆਫ ਆਫਿਸ ਜਿਹੜੀ ਹੈ ਐਵਰੀ 5 ਈਅਰਸ, ਐਟਲੀਸਟ 5 ਸਾਲ ਹੁੰਦੀ ਹੈ, ਐਵਰੀ ਲੈਵਲ ਇਜ 5 ਈਅਰਸ। ਠੀਕ ਹੈ ਜੀ, ਐਂਡ ਡਾਇਰੈਕਸ਼ਨ ਐਂਡ ਕੰਟਰੋਲ ਆਫ ਪ੍ਰਿਪਰੇਸ਼ਨ ਆਫ ਇਲੈਕਟੋਰਲ ਰੋਲਸ ਐਂਡ ਕੰਡਕਟ ਆਫ ਆਲ ਦੀ ਇਲੈਕਸ਼ਨ ਟੂ ਦ ਪੰਚਾਇਤੀ ਇਲੈਕਸ਼ਨ ਕਮਿਸ਼ਨ ਦੇਖ ਰਿਹਾ ਇਲੈਕਸ਼ਨ ਨੂੰ। ਦੈਨ ਸਟੇਟ ਲੈਜਿਸਲੇਚਰ ਮੇ ਮੇਕ ਪ੍ਰੋਵਿਜ਼ਨਸ ਵਿਦ ਰਿਸਪੈਕਟ ਟੂ ਦੀ ਆਲ ਮੈਟਰਸ ਰਿਗਾਰਡਿੰਗ ਟੂ ਦੀ ਪੰਚਾਇਤ। ਔਰ 43rd ਜਿਹੜਾ ਹੈ ਉਹ ਰਿਜ਼ਰਵੇਸ਼ਨ ਦਿੰਦਾ ਹੈ, ਨਾਟ ਲੈਸ ਦੈਨ 1/3 ਆਫ ਦੀ ਟੋਟਲ ਮੈਂਬਰਸ ਆਫ ਦੀ ਸੀਟਸ ਫੋਰ ਦੀ ਵੁਮੈਨਸ ਇੰਕਲੂਡਿੰਗ SCs ਐਂਡ ST।
ਸੋ ਕਰੈਕਟ ਆਨਸਰ ਕੀ ਆਏਗਾ ਜੀ ਬੀ ਸੋ ਇਨਕਰੈਕਟ ਤੁਸੀਂ ਦੱਸਣਾ ਸੀ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਕਿਉਂਕਿ ਇੱਥੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੱਸਿਆ ਹੋਇਆ ਠੀਕ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਹੀਂ ਆਏਗਾ ਸਟੇਟ ਇਲੈਕਸ਼ਨ ਕਮਿਸ਼ਨ ਆਏਗਾ ਕਿਉਂਕਿ ਪੰਚਾਇਤੀ ਇਲੈਕਸ਼ਨ ਜਿਹੜੀਆਂ ਨੇ ਉਹ ਸਟੇਟ ਦੇ ਹੱਥ ਹੁੰਦੀਆਂ ਨੇ ਅੱਗੇ ਚੱਲਾਂਗੇ ਚੇਅਰਮੈਨ ਆਫ ਇੰਟਰ ਸਟੇਟ ਕਾਊਂਸਲ ਕੌਣ ਨੇ ਜੀ ਹੂ ਇਜ਼ ਦ ਚੇਅਰਮੈਨ ਆਫ ਇੰਟਰ ਸਟੇਟ ਕਾਊਂਸਲ ਪ੍ਰੈਜ਼ੀਡੈਂਟ ਯੂਨੀਅਨ ਕੈਬਨਿਟ ਪ੍ਰਾਈਮ ਮਿਨਿਸਟਰ ਜਾਂ ਯੂਨੀਅਨ ਹੋਮ ਮਿਨਿਸਟਰ ਹਾਂਜੀ ਫਟਾਫਟ ਛੇਤੀ ਤੋਂ ਪਹਿਲਾਂ ਆਂਸਰ ਦੇ ਦਿਓ ਜਲਦੀ ਜਲਦੀ ਵੈਰੀ ਨਾਈਸ ਸੋ ਕਰੈਕਟ ਆਂਸਰ ਕੀ ਹੈ ਜੀ ਪੀ ਐਮ ਇੰਟਰ ਸਟੇਟ ਸੋ ਸਾਂਝਾ ਕੌਣ ਹੈ ਦੇਖੋ ਯੂਨੀਅਨ ਹੋਮ ਮਿਨਿਸਟਰ ਨਹੀਂ ਹੋਏਗਾ ਕੈਬਨਿਟ ਵੀ ਨਹੀਂ ਹੋਏਗਾ ਯੂ ਜਸਟ ਲੇਵ ਵਿਦ ਦ ਪ੍ਰੈਜ਼ੀਡੈਂਟ ਐਂਡ ਪ੍ਰਾਈਮ ਮਿਨਿਸਟਰ ਸੋ ਇੰਟਰਨੈਟ ਇੰਟਰ ਸਟੇਟ ਕਾਊਂਸਲ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਹੈੱਡ ਕੌਣ ਕਰਦੇ ਨੇ ਪ੍ਰਾਈਮ ਮਿਨਿਸਟਰ ਓਕੇ ਦ ਵਰਡ ਬਿਊਰੋਕਰੇਸੀ ਜਿਹੜਾ ਵਰਡ ਬਿਊਰੋਕਰੇਸੀ ਹੈ ਸਭ ਤੋਂ ਪਹਿਲਾਂ ਕੋਇਨ ਕੀਤਾ ਗਿਆ ਸੀ ਬਾਈ ਮੈਕਸ ਵੈਬਿਨਰ ਅਲੈਗਜ਼ੈਂਡਰ ਪੋਪ ਐਮ ਕ੍ਰੋਜ਼ਾਇਰ ਜਾਂ ਮਿਨਿਸਟਰ ਡੀ ਜਲਦੀ ਆਂਸਰ ਦਿਓ ਫਟਾਫਟ ਕੁਇਕਲੀ ਯੈਸ ਵੈਰੀ ਗੁੱਡ ਸੋ ਕਰੈਕਟ ਆਂਸਰ ਇਜ਼ ਵਿਨਸੈਂਟ ਡੀ ਓਕੇ ਬ੍ਰੈਟਨ ਵੁਡਸ ਕਾਨਫਰੰਸ ਦਾ ਰਿਜ਼ਲਟ ਕੀ ਨਿਕਲ ਕੇ ਆਇਆ ਸੀ ਵਿਚ ਆਫ ਦੀ ਫੋਲੋਇੰਗ ਰਿਜ਼ਲਟਡ ਫਰੋਮ ਬ੍ਰੈਟਨ ਵੁੱਡ ਕਾਨਫਰੰਸ ਬ੍ਰੈਟਨ ਵੁੱਡ ਕਾਨਫਰੰਸ ਦਾ ਰਿਜ਼ਲਟ ਕੀ ਨਿਕਲ ਕੇ ਆਇਆ ਇਹ ਤੁਸੀਂ ਦੱਸਣਾ ਹੈ ਯੂਨਾਈਟਿਡ ਨੇਸ਼ਨ ਫੋਰਮ ਹੋਇਆ ਲੀਗ ਆਫ ਨੇਸ਼ਨ ਫੋਰਮ ਹੋਇਆ ਜਾਂ ਕੁਝ ਇੰਸਟੀਟਿਊਟ ਬਣੇ ਜਿਹੜੇ ਨਿਊਕਲੀਅਰ ਪ੍ਰੋਲੀਫਰੇਸ਼ਨ ਨੂੰ ਚੈੱਕ ਕਰਨਗੇ ਜਾਂ ਵਰਲਡ ਬੈਂਕ ਐਂਡ IMF ਹਾਂਜੀ ਜਲਦੀ ਆਂਸਰ ਦੇ ਦਿਓ ਬੜਾ ਈਜ਼ੀ ਕੁਐਸਚਨ ਹੈ IMF ਐਂਡ ਵਰਲਡ ਬੈਂਕ ਜਿਹਨਾਂ ਨੂੰ ਅਸੀਂ ਬ੍ਰੈਟਨ ਵੁੱਡ ਟਵਿੰਸ ਦੇ ਨਾਮ ਨਾਲ ਵੀ ਜਾਣਦੇ ਹਾਂ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਬ੍ਰੈਟਨ ਵੁੱਡ ਟਵਿੰਸ ਵਰਲਡ ਬੈਂਕ ਤੇ IMF ਨੂੰ ਠੀਕ ਹੈ ਜੀ ਓਕੇ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਸਫੀਸ਼ੀਐਂਟ ਗਰਾਊਂਡ ਫਾਰ ਕਨਵਿੰਸਿੰਗ ਅ ਜੁਆਇੰਟ ਸਿਟਿੰਗ ਆਫ ਬੋਥ ਦੀ ਹਾਊਸਿਸ ਹੁਣ ਇਹਨਾਂ ਨੇ ਪੁੱਛਿਆ ਇਹਨਾਂ ਵਿੱਚੋਂ ਕਿਹੜਾ ਜਿਹੜਾ ਗਰਾਊਂਡ ਹੈ ਉਹ ਸਫੀਸ਼ੀਐਂਟ ਰੀਜ਼ਨ ਨਹੀਂ ਰਹੇਗਾ ਕਿ ਤੁਸੀਂ ਜੁਆਇੰਟ ਸਿਟਿੰਗ ਕੰਡਕਟ ਕਰਾ ਦੋਨੋਂ ਹਾਊਸਿਸ ਦੀ ਲੋਕ ਸਭਾ ਤੇ ਰਾਜ ਸਭਾ ਦੀ ਹਾਂਜੀ ਹੁਣ ਇਹਦੇ ਵਿੱਚੋਂ ਦੱਸ ਦਿਓ ਜਲਦੀ ਜਲਦੀ ਬੜਾ ਈਜ਼ੀ ਕੁਐਸਚਨ ਹੈ ਥੋੜ੍ਹਾ ਜਿਹਾ ਦਿਮਾਗ ਲਗਾਓਗੇ ਈਜ਼ੀਲੀ ਤੁਸੀਂ ਇਹਨੂੰ ਕਰੈਕ ਕਰ ਸਕਦੇ ਹੋ ਏ ਬੀ ਸੀ ਆਰ ਡੀ ਏ ਬੀ ਸੀ ਜਾਂ ਡੀ ਬੜਾ ਸੌਖਾ ਕੁਐਸਚਨ ਹੈ ਥੋੜ੍ਹਾ ਧਿਆਨ ਨਾਲ ਪੜੋਗੇ ਤਾਂ ਬਹੁਤ ਈਜ਼ੀਲੀ ਆਂਸਰ ਦੇ ਪਾਓਗੇ ਕਿਉਂਕਿ ਅੱਧੇ ਤੋਂ ਜ਼ਿਆਦਾ ਬੱਚੇ ਕੀ ਕਰਨਗੇ ਕੁਐਸਚਨ ਦੇਖ ਕੇ ਹੀ ਡਰ ਜਾਣਗੇ ਕਿ ਹਾਏ ਇਹ ਕਿੰਨਾ ਵੱਡਾ ਕੁਐਸਚਨ ਆ ਗਿਆ ਇਸ ਸਟੇਟਮੈਂਟਸ ਨੇ ਅਸੀਂ ਤਾਂ ਪਹਿਲਾਂ ਹੀ ਡਰ ਜਾਣਾ ਪਰ ਇਹ ਕੰਮ ਹੋਣਾ ਨਹੀਂ ਚਾਹੀਦਾ ਕਿਉਂਕਿ ਜੇ ਤੁਸੀਂ ਸਟੇਟਮੈਂਟਸ ਦੇਖ ਕੇ ਡਰ ਗਏ ਤੁਸੀਂ ਉਹਨੂੰ ਸੋਲਵ ਕਿਵੇਂ ਕਰੋਗੇ ਹੈਨਾ ਵੈਰੀ ਗੁੱਡ ਅਨੋਨਮਸ ਸੋ ਕਰੈਕਟ ਆਂਸਰ ਕੀ ਹੈ ਜੀ ਡੀ ਪ੍ਰੈਜ਼ੀਡੈਂਟ ਜਦੋਂ ਆਪਣਾ ਸੈਂਟ ਦੇਣ ਨੂੰ ਮਨਾ ਕਰਦੇ ਇਹ ਥੋੜੀ ਨਾ ਕਿ ਅਸੀਂ ਜੁਆਇੰਟ ਸਿਟਿੰਗ ਬੁਲਾ ਲੈਂਦੇ ਹਾਂ ਉਹ ਤਾਂ ਪ੍ਰੈਜ਼ੀਡੈਂਟ ਹੀ ਪਾਰ ਹੈ ਨਾ ਕਿ ਉਹ ਸੈਂਟ ਦੇਣਾ ਚਾਹੁੰਦੇ ਨੇ ਜਾਂ ਨਹੀਂ ਦੇਣਾ ਚਾਹੁੰਦੇ ਵੀਟੋ ਪਾਰ ਹੈ ਪ੍ਰੈਜ਼ੀਡੈਂਟ ਦੇ ਕੋਲ ਬਿੱਲ ਨੂੰ ਅਸੈਂਟ ਦੇਣ ਵਾਸਤੇ ਸੋ ਉਹਦੇ ਨਾਲ ਆਪਣਾ ਡੀ ਆਂਸਰ ਗਲਤ ਹੋ ਜਾਂਦਾ ਅਗਲਾ ਸੈਲੀਬ੍ਰੇਟਿੰਗ ਇਟਸ 50 ਇਅਰਸ ਬੁਕਰ ਪ੍ਰਾਈਜ਼ ਡਿਕਲੇਅਰ ਦੀ ਬੈਸਟ ਆਫ ਮੈਨ ਬੁਕਰ ਪ੍ਰਾਈਜ਼ ਔਨ 7th ਆਫ ਜੁਲਾਈ 2018 ਕਿਹੜੀ ਬੁੱਕ ਨੇ ਪ੍ਰਾਈਜ਼ ਦਿੱਤਿਆ ਸੀ ਇੰਗਲਿਸ਼ ਪੇਟੈਂਟ ਗੋਡ ਆਫ ਸਮਾਲ ਥਿੰਗਸ ਹੋਮ ਪਾਇਰ ਐਂਡ ਅਨਾ ਕੇਰਨਾ ਸੋ ਮੈਂ ਹੀ ਦੱਸ ਦਿੰਦੀ ਹਾਂ ਸੋ ਕਰੈਕਟ ਆਂਸਰ ਕੀ ਹੈ ਜੀ ਦ ਇੰਗਲਿਸ਼ ਪੇਟੈਂਟ ਕਿਉਂਕਿ ਤੁਹਾਨੂੰ ਨਹੀਂ ਪਤਾ ਹੋਏਗਾ 2018 ਦਾ ਕਰੰਟ ਅਫੇਅਰ ਦਾ ਕੁਐਸਚਨ ਓਕੇ ਹੁਣ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਉਹ ਕਰੈਕਟ ਨਹੀਂ ਹੈ ਇਜ਼ ਨੋਟ ਕਰੈਕਟ ਦੱਸੋ ਜਲਦੀ ਪਾਰਲੀਮੈਂਟ ਦੇ ਪ੍ਰੋਵਿਜ਼ਨ ਦੇ ਅਕੋਰਡਿੰਗ ਕੰਸਟੀਟਿਊਸ਼ਨ ਦੇ ਪ੍ਰੋਵਿਜ਼ਨ ਦੇ ਅਕੋਰਡਿੰਗ ਜਿਹੜੇ ਕਾਉਂਸਲ ਮਿਨਿਸਟਰਸ ਨੇ ਉਹ ਕਲੈਕਟਿਵਲੀ ਤੇ ਇੰਡੀਵਿਜੁਅਲੀ ਰਿਸਪੋਂਸੀਬਲ ਨੇ ਕਿਹਨੂੰ ਲੋਕ ਸਭਾ ਨੂੰ ਸੈਂਸਰ ਮੋਸ਼ਨ ਮਸਟ ਸਟੇਟ ਦ ਰੀਜ਼ਨ ਫੋਰ ਇਟਸ ਅਡੋਪਸ਼ਨ ਕਿ ਜਿਹੜਾ ਸੈਂਸਰ ਮੋਸ਼ਨ ਲਿੱਤਾ ਜਾਂਦਾ ਉਹਦਾ ਰੀਜ਼ਨ ਦੱਸਣਾ ਜ਼ਰੂਰੀ ਹੈ ਐਂਡ ਦੈਨ ਨੋ ਕੋਨਫੀਡੈਂਸ ਮੋਸ਼ਨ ਮਸਟ ਸੈਟ ਆਊਟ ਦੀ ਗਰਾਊਂਡ ਔਨ ਵਿਚ ਇਟ ਇਜ਼ ਬੇਸਡ ਕਿ ਨੋ ਕੋਨਫੀਡੈਂਸ ਮੋਸ਼ਨ ਵੀ ਦੇ ਵਿੱਚ ਵੀ ਤੁਹਾਨੂੰ ਗਰਾਊਂਡ ਦੱਸਣੇ ਹੋਣਗੇ ਕਿਸ ਗਰਾਊਂਡ ਦੇ ਉੱਪਰ ਇਹ ਨੋ ਕੋਨਫੀਡੈਂਸ ਮੋਸ਼ਨ ਪਾਸ ਕੀਤਾ ਗਿਆ ਐਂਡ ਅਗਰ ਕੋਈ ਵੀ ਨੋ ਕੋਨਫੀਡੈਂਸ ਮੋਸ਼ਨ ਪਾਸ ਕੀਤਾ ਜਾਂਦਾ ਹੈ ਲੋਕ ਸਭਾ ਦੇ ਦੁਆਰਾ ਤਾਂ ਜਿਹੜੇ ਕਾਊਂਸਲ ਆਫ ਮਿਨਿਸਟਰਸ ਨੇ ਉਹਨਾਂ ਨੂੰ ਰਿਜ਼ਾਈਨ ਕਰਨਾ ਹੀ ਪਏਗਾ ਦੇ ਆਰ ਬਾਉਂਡ ਟੂ ਰਿਜ਼ਾਈਨ ਠੀਕ ਹੈ ਜੀ ਸੋ ਕਰੈਕਟ ਆਂਸਰ ਕੀ ਹੈ ਜੀ ਸੀ ਓਨਲੀ ਇਹਨਾਂ ਨੇ ਨੋਟ ਕਰੈਕਟ ਪੁੱਛਿਆ ਹੈ ਧਿਆਨ ਨਾਲ ਕੁਐਸਚਨ ਨੂੰ ਪੜੋ ਨੋਟ ਕਰੈਕਟ ਪੁੱਛਿਆ ਹੈ ਓਬਵੀਅਸਲੀ ਹੁੰਦਾ ਹੀ ਹੈ ਨੋ ਕੋਨਫੀਡੈਂਸ ਮੋਸ਼ਨ ਜਦੋਂ ਵੀ ਪਾਸ ਹੋਏਗਾ ਕਾਊਂਸਲ ਆਫ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪਏਗਾ ਸੋ ਫੋਰਥ ਤਾਂ ਵੈਸੇ ਹੀ ਕਰੈਕਟ ਹੋ ਜਾਂਦਾ ਤੁਹਾਡਾ
ਏ ਤਾਂ ਇਨਕਰੈਕਟ ਸੀ। ਉਸ ਤੋਂ ਬਾਅਦ ਦੂਸਰੀ ਗੱਲ ਇਹਨਾਂ ਨੇ ਕੀ ਕਹੀ ਹੈ, ਹਾਂ ਅਗਰ ਅਸੀਂ ਦੇਖੀਏ ਤੁਹਾਡਾ ਥਰਡ ਵਾਲਾ ਜਿਹੜਾ ਉਹ ਸਿਰਫ ਗਲਤ ਹੈ। ਇਹਨਾਂ ਨੇ ਕੀ ਕਿਹਾ, ਨੋ ਕੰਫੀਡੈਂਸ ਮੋਸ਼ਨ ਮਸਟ ਸੈਟ ਆਊਟ ਔਨ ਦੀ ਗਰਾਊਂਡ ਔਨ ਵਿਚ ਇਟ ਇਜ਼ ਬੇਸਡ। ਕਿ ਕੰਫੀਡੈਂਸ ਮੋਸ਼ਨ ਦੇ ਤੁਸੀਂ ਗਰਾਊਂਡ ਦੱਸੋਗੇ ਕਿ ਕਿਸ ਬਿਹਾਫ ਤੇ। ਹੁਣ ਤੁਸੀਂ ਅਗਰ ਕਿਸੇ ਆਪੋਜੀਸ਼ਨ ਪਾਰਟੀ ਦੇ ਅਗੇਂਸਟ ਕੋਈ ਪਾਰਟੀ ਕੰਮ ਨਹੀਂ ਕਰ ਰਹੇ ਤੇ ਉਹਦੇ ਅਕੋਰਡਿੰਗ ਤੁਸੀਂ ਥੋੜੀ ਨਾ ਚੱਲੋਗੇ। ਕਿਉਂ ਗਲਤ ਕਿਉਂ ਹੈ ਅਨੋਨਿਮਸ? ਫਸਟ ਸਹੀ ਕਹਿ ਰਹੀ ਹੈ ਕਿ ਕੰਸਟੀਟਿਊਸ਼ਨ 'ਚ ਜਿਹੜੇ ਕਾਉਂਸਲ ਆਫ ਮਿਨਿਸਟਰਸ ਨੇ ਉਹ ਕਲੈਕਟਿਵਲੀ ਇੱਕ ਗਰੁੱਪ ਦੇ ਵਿੱਚ ਤੇ ਇੰਡੀਵਿਜੁਅਲੀ ਕਿਹਨੂੰ ਰਿਸਪੋਂਸੀਬਲ ਹੁੰਦੇ ਨੇ? ਲੋਕ ਸਭਾ ਨੂੰ ਹੀ ਤਾਂ ਹੁੰਦੇ ਨੇ। ਠੀਕ ਹੈ ਜੀ, ਚਲੋ ਅੱਗੇ ਚੱਲਾਂਗੇ ਨੈਕਸਟ ਕੁਐਸਚਨ ਵੱਲ। ਇਨ ਦੀ ਫਸਟ ਫਾਈਨੈਂਸ਼ੀਅਲ ਈਅਰ ਆਫ GST ਰਜੀਮ ਇਨ ਦ ਕੰਟਰੀ ਕੰਕਲੂਡਿਡ ਰੀਸੈਂਟਲੀ ਦ ਲਿਸਟ ਆਫ ਫੋਲੋਇੰਗ ਸਟੇਟਸ ਡਿਸੈਂਡਿੰਗ ਆਰਡਰ ਆਫ ਪਰ ਕੈਪੀਟਾ ਰੈਵਨਿਊ ਸਟਾਰਟਿੰਗ ਫਰੋਮ ਹਾਈਐਸਟ ਟੂ ਦ ਲੋਵੈਸਟ। ਇਹ ਵੀ ਤੁਹਾਨੂੰ ਨਹੀਂ ਆਉਂਦਾ ਹੋਏਗਾ ਬਿਕੋਜ਼ ਇਹ ਉਸ ਟਾਈਮ ਦੇ ਉੱਪਰ ਹੈ ਜਦੋਂ ਰਿਜੀਮ ਆਈ ਸੀ ਨਵੀਂ ਨਵੀਂ। ਸੋ ਇਹਦਾ ਆਂਸਰ ਕੀ ਆਏਗਾ, ਹਰਿਆਣਾ, ਮਹਾਰਾਸ਼ਟਰ, ਕਰਨਾਟਕਾ, ਪੰਜਾਬ। ਯਾਦ ਰੱਖ ਲਓ ਪ੍ਰੀਵੀਅਸ ਈਅਰ ਕੁਐਸਚਨ ਸੀ। ਅੱਗੇ ਦੇਖਾਂਗੇ ਦ ਗਵਰਨਮੈਂਟ ਹੈਜ਼ ਪਾਵਰਸ ਅੰਡਰ ਦੀ ਅਸੈਂਸ਼ੀਅਲ ਕਮੋਡਿਟੀ ਐਕਟ ਟੂ ਡਿਕਲੇਅਰ ਅ ਕਮੋਡਿਟੀ ਐਜ਼ ਐਨ ਅਸੈਂਸ਼ੀਅਲ ਕਮੋਡਿਟੀ। ਓਬਵੀਅਸਲੀ ਇਹ ਜਿਹੜੇ ਐਕਟ ਦੇ ਅੰਡਰ ਗਵਰਨਮੈਂਟ ਦੇ ਕੋਲ ਪਾਵਰ ਹੁੰਦੀ ਹੈ, ਗਵਰਨਮੈਂਟ ਦੇ ਕੋਲ ਪਾਵਰ ਹੁੰਦੀ ਹੈ। ਸੋ ਦੇਖੋ ਆਪਸ਼ਨ, ਅੱਛਾ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਹਾਂ, ਪਰ ਫਸਟ ਆਪਸ਼ਨ ਦੇ ਵਿੱਚ ਆਪਸ਼ਨ ਨਹੀਂ ਹੈ ਤੁਹਾਡਾ। ਠੀਕ ਹੈ ਨਾ, ਇਹ ਆਫੀਸ਼ੀਅਲ ਆਂਸਰ ਕੀ ਦੇ ਅਕੋਰਡਿੰਗ ਇਹ ਆਨਸਰਸ ਨੇ। ਸੋ ਆਪਸ਼ਨ ਦੇ ਵਿੱਚ ਤੁਹਾਡੇ ਕੋਲ 1 ਇਨਕਰੈਕਟ ਨਹੀਂ ਸੀ, ਸਿਰਫ ਕੱਲਾ 3 ਇਨਕਰੈਕਟ ਸੀ। ਸੋ 3 ਵਾਲਾ ਆਨਸਰ ਆਇਆ ਹੈ, ਧਿਆਨ ਇਹੀ ਰੱਖਣਾ ਹੈ ਆਪਾਂ। ਠੀਕ ਹੈ ਜੀ, ਉਹ ਪਾਰਸ਼ਲੀ ਠੀਕ ਹੈ, ਪਾਰਸ਼ਲੀ ਰੋਂਗ ਹੈ ਉਹ ਪੁਆਇੰਟ, ਪਰ ਉਹ ਕੀ ਕਹਿੰਦੇ ਨੇ ਉਹ ਆਪਸ਼ਨ ਦੇ ਵਿੱਚ ਸੀਗਾ ਨਹੀਂ ਤੁਹਾਡਾ, ਤਾਂ ਆਨਸਰ 3 ਆਇਆ। ਅੱਛਾ, ਆਪਾਂ ਗੱਲ ਕਰ ਰਹੇ ਸੀ ਅਸੈਂਸ਼ੀਅਲ ਕਮੋਡਿਟੀ ਐਕਟ 1995 ਦੀ, ਕਿ ਜਦੋਂ ਤੁਸੀਂ ਕਿਸੇ ਵੀ ਕਮੋਡਿਟੀ ਨੂੰ ਅਸੈਂਸ਼ੀਅਲ ਡਿਕਲੇਅਰ ਕਰਦੇ ਹੋ ਤਾਂ ਉਹਦੀ ਅਵੇਲੇਬਿਲਟੀ, ਉਹਦਾ ਪਰਪਸ ਕੀ ਹੁੰਦਾ ਕਿ ਉਹਨੂੰ ਅਸੀਂ ਫੇਅਰ ਪ੍ਰਾਈਜ਼ ਦੇ ਉੱਪਰ, ਮਤਲਬ ਠੀਕ ਰੇਟਾਂ ਦੇ ਉੱਪਰ ਅਵੇਲੇਬਲ ਕਰਾਉਣਾ। ਸੋ ਕਿਹੜੀਆਂ ਕਿਹੜੀਆਂ ਕਮੋਡਿਟੀਜ਼ ਜਿਹੜੀਆਂ ਨੇ ਇਸ ਐਕਟ ਦੇ ਵਿੱਚ ਆਉਂਦੀਆਂ ਨੇ, ਜਲਦੀ ਜਲਦੀ ਤੁਸੀਂ ਦੱਸ ਦੇਣਾ ਹੈ। ਹਾਂਜੀ, ਹਾਂਜੀ ਬਿਲਕੁਲ ਠੀਕ ਹੈ, ਸਮਝ ਗਏ। ਅਨੋਨਮਸ ਤੇ ਅੰਮ੍ਰਿਤਪਾਲ ਕਿਉਂ ਨਹੀਂ ਫਸਟ ਆਇਆ ਉਹਦੇ ਵਿੱਚ? ਕਿਉਂਕਿ ਉਹ ਪਾਰਸ਼ਲੀ ਕਰੈਕਟ ਸੀ ਸਟੇਟਮੈਂਟ ਤੇ ਪਾਰਸ਼ਲੀ ਰੋਂਗ ਸੀ। ਆਪਸ਼ਨ ਦੇ ਵਿੱਚ 1 ਆਨਸਰ ਨਹੀਂ ਸੀ, ਸੋ ਸਿਰਫ 3 ਇਨਕਰੈਕਟ ਵਾਲਾ ਸੀ, ਤਾਂ ਉਹਦੇ ਕਾਰਨ ਉਹ ਗਲਤ ਹੋ ਗਿਆ। ਠੀਕ ਹੈ ਜੀ, ਓਕੇ। ਸੋ ਕਰੈਕਟ ਆਨਸਰ ਕੀ ਹੈ ਜੀ? ਡੀ। ਇਹ ਸਾਰੀਆਂ ਹੀ ਆਪਣੀਆਂ ਅਸੈਂਸ਼ੀਅਲ ਕਮੋਡਿਟੀਜ਼ ਆਉਂਦੀਆਂ ਨੇ, ਪੇਪਰ, ਯਾਰਨ, ਫਰਟੀਲਾਈਜ਼ਰਸ, ਪੈਟਰੋਲੀਅਮ ਐਂਡ ਕਾਟਨ ਐਂਡ ਜੂਟ ਸੀਡਸ। ਠੀਕ ਹੈ ਜੀ, ਅੱਗੇ ਦੇਖਾਂਗੇ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਔਰ ਆਰ ਕਰੈਕਟ ਰਿਗਾਰਡਿੰਗ ਦ ਇਕੋਨਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ ਆਫ ਪੰਜਾਬ, ਦੈਟ ਇਜ਼ ESO, ਦੇ ਕੰਟੈਕਸਟ ਦੇ ਵਿੱਚ ਕਿਹੜੀ ਸਟੇਟਮੈਂਟ ਕਰੈਕਟ ਹੈ? ਐਡਵਾਈਜ਼ਰੀ ਸਰਵਿਸਿਜ਼ ਦਿੰਦੀ ਹੈ ਇਹ ਵਾਲੀ ਆਰਗੇਨਾਈਜੇਸ਼ਨ ਸਟੇਟ ਗਵਰਨਮੈਂਟ ਨੂੰ ਇਕੋਨਮਿਕ ਮੈਟਰਸ ਦੇ ਉੱਪਰ। ਨੋਡਲ ਏਜੰਸੀ ਕੰਮ ਕਰਦੀ ਹੈ ਕਿਹੜੀ ਸਕੀਮ ਦੇ ਲਈ? MP ਲੈਡ ਸਕੀਮ ਦੇ ਲਈ, ਐਂਡ ਡਿਸਟ੍ਰਿਕਟ ਪਲਾਨਿੰਗ ਕਮੇਟੀਜ਼ ਨੂੰ ਹੈਲਪ ਕਰਦੀ ਹੈ। ਜਲਦੀ ਜਲਦੀ ਆਨਸਰ ਦੇ ਦਿਓ, 1 ਓਨਲੀ, 2 ਓਨਲੀ, ਬੋਥ ਔਰ ਨੀਦਰ? ਕੁਇਕਲੀ ਆਨਸਰ ਦਿਆਂਗੇ। ਕਰੈਕਟ ਆਨਸਰ ਕੀ ਹੈ ਜੀ? ਸੀ, ਦੋਨੋਂ ਹੀ ਠੀਕ ਨੇ। ਇਕੋਨਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ ਆਫ ਪੰਜਾਬ ਰਿਸਪੋਂਸੀਬਲ ਹੈ ਐਡਵਾਈਜ਼ਰੀ ਸਰਵਿਸਿਜ਼ ਦਾ ਕੰਮ ਕਰਦੀ ਹੈ ਟੂ ਦ ਸਟੇਟ ਗਵਰਨਮੈਂਟ ਇਕੋਨਮਿਕ ਮੈਟਰਸ ਦੇ ਵਿੱਚ, ਕਿ ਇਕੋਨਮੀ ਡਿਸੀਜਨਸ ਤੁਸੀਂ ਕਿਵੇਂ ਲੈਣੇ ਹੈ। ਅਤੇ MP ਲੈਡ ਸਕੀਮ ਜਿਹੜੀ ਹੈ, ਮੈਂਬਰਸ ਆਫ ਪਾਰਲੀਮੈਂਟ ਦੀ ਜਿਹੜੀ ਸਕੀਮ ਹੁੰਦੀ ਹੈ, ਕਿ ਜਿਹੜੀ ਮੈਂਬਰ ਆਫ ਪਾਰਲੀਮੈਂਟ ਨੂੰ ਸਰਟਨ ਅਮਾਊਂਟ ਦਿੱਤਾ ਜਾਂਦਾ ਹੈ ਉਸ ਆਪਣੇ ਏਰੀਆ ਨੂੰ ਡਿਵੈਲਪ ਕਰਨ ਵਾਸਤੇ, ਉਹਦੀ ਨੋਡਲ ਏਜੰਸੀ ਹੈ। ਠੀਕ ਹੈ ਜੀ, ਅਗਲਾ ਇੰਟਰਨੈਸ਼ਨਲ ਮੂਵਮੈਂਟ MeToo। MeToo ਮੂਵਮੈਂਟ ਸਟਾਰਟ ਹੋਈ ਸੀ ਨਾ, ਜਿਹੜੀ ਕਿ ਸੈਕਸ਼ੂਅਲ ਹੈਰੈਸਮੈਂਟ ਦੇ ਅਗੇਂਸਟ ਸਟਾਰਟ ਹੋਈ ਸੀ, ਇਹਨੂੰ ਪਾਪੂਲਰਾਈਜ਼ ਕੀਤਾ ਗਿਆ ਸੀ ਬਾਏ ਦੀ ਅਲਾਸਿਆ ਮਿਲਾਨੋ ਇਨ 2017, ਐਂਡ ਇਹਨੂੰ ਓਰੀਜਨਲੀ ਸਟਾਰਟ ਕੀਤਾ ਗਿਆ ਸੀ 2006 ਦੇ ਵਿੱਚ, ਮਤਲਬ 2017 ਦੇ ਵਿੱਚ ਪਾਪੂਲਰਾਈਜ਼ ਹੋਈ, ਬਟ 2006 ਦੇ ਵਿੱਚ ਇਹਨੂੰ ਸਟਾਰਟ ਕਿਸੇ ਹੋਰ ਪਰਸਨ ਨੇ ਕੀਤਾ ਸੀ। ਕਿਹਨੇ ਕੀਤਾ ਸੀ? ABCRD। ਆਈ ਨੋ ਤੁਹਾਨੂੰ ਨਹੀਂ ਇਹਦਾ ਆਨਸਰ ਹੋਏਗਾ ਪਤਾ, ਬਿਕੋਜ਼ 2017 ਦਾ ਕੁਐਸਚਨ ਹੈ। ਸੋ ਇਹਦਾ ਆਨਸਰ ਕੀ ਹੈ ਜੀ? ਬੀ, ਤਰੁਣਾ ਬੁਰਖੀ, ਬੁਰਖੇ। ਠੀਕ ਹੈ ਜੀ, ਬੁਰਖੇ। ਅਗਲਾ, ਡੈਫਿਸਿਟ ਫਾਈਨੈਂਸਿੰਗ ਦਾ ਮਤਲਬ ਕੀ ਹੈ? ਗਵਰਨਮੈਂਟ ਬੋਰੋਜ਼ ਮਨੀ ਫਰੋਮ। ਡੈਫਿਸਿਟ ਫਾਈਨੈਂਸਿੰਗ ਮੀਨਸ ਗਵਰਨਮੈਂਟ ਬੋਰੋਜ਼ ਮਨੀ ਫਰੋਮ ਰੈਵਨਿਊ ਡਿਪਾਰਟਮੈਂਟ, ਵਰਲਡ ਬੈਂਕ, RBI ਜਾਂ ਨਨ ਆਫ ਦੀਸ। ਹਾਂਜੀ, ਕੁਇਕਲੀ
डेफिसिट फाइनेंसिंग मीन्स द गवर्नमेंट बोरोज मनी फ्रॉम, गवर्नमेंट कितों बोरो करता है मनी, कर दी है मनी, करदा नहीं कर दी है. सो करेक्ट आंसर इज आरबीआई, दैट इज रिजर्व बैंक ऑफ इंडिया. ओके, अगला क्वेश्चन आ रहा है हूँ अग्नि फाइव मिसाइल्स के ऊपर. अग्नि फाइव मिसाइल जिन्हों सक्सेसफुली टेस्ट किया गया सी व्हीलर्स आइलैंड तो 2018 दे बारे कुछ तुसी आंसर्स देने ने कि एक इंटरकॉन्टिनेंटल बैलिस्टिक मिसाइल है. सो डिफेंस वाले पोर्शन जो क्वेश्चंस आ गए ने सो इंपॉर्टेंट है. ओके, एदा आंसर दिख गया, चलो कोई गल नहीं. ए न्यूक्लियर कैपेबल इंटरकॉन्टिनेंटल बैलिस्टिक मिसाइल है, एदे विच रिंग लेजर दा फीचर है नैविगेशन दे लई, एंड एदे विच कोई माइक्रो नैविगेशन सिस्टम नहीं है. सो करेक्ट आंसर की है 1 and 2. सो थर्ड गलत है, उन्होंने नॉट लिखा हुआ है. ठीक है जी, अगे चलांगे. हु रिकमेंड मिनिमम सपोर्ट प्राइस, मिनिमम सपोर्ट प्राइस एंड इशू प्राइस, मतलब जिहड़ा एमएसपी मिलती है या इशू प्राइस हुंदा है जिस प्राइस के उपर फूड्स नू इशू किया जाता है, वो कौन रिकमेंड करता है? मिनिस्ट्री ऑफ एग्रीकल्चर, प्लानिंग कमीशन, प्लानिंग फॉर एग्रीकल्चर कॉस्ट एंड प्राइजेस या नबार्ड? हाँ जी, ऑर्गेनाइजेशन का नाम तुसी दसना है की आएगा. बिल्कुल करेक्ट आंसर की है जी सी. अगला, इंडिया नो रियल एक कीता गया यूएन यूनाइटेड नेशन इकोनॉमिक एंड सोशल काउंसिल रीसेंटली दे विच, मतलब लाइक रीसेंटली रियल एक कीता गया. सो अगर ऐसी गल करिए, इंडिया ने 5 साल की टर्म जड़ी कि अपनी जनवरी 1, 2018 तो शुरू हुई सी, उन्होंने होल्ड किया, मतलब 5 साल तक अपना ये टर्म लेगी चलेगा. एंड कंट्री दे विच 1/3 ऑफ द टोटल वोट्स चाहिए ने ताकि तुसी ईसॉक का मैंबर बन सको. हाँ जी, हाँ जी, अगर कंट्री नू सपोर्ट जड़ा है 1/3 ऑफ द मैंबर्स का सपोर्ट होना चाहिए टू बिकम दिस द मैंबर ऑफ दिस ऑर्गेनाइजेशन. सो बड़ा ईजी क्वेश्चन है, थोड़ा जहा दिमाग लगाओ तो हो जाएगा सॉल्व. करेक्ट आंसर की है जी डी, नीदर 1 nor 2. टर्म की है 3 years, 1/3 नहीं है, 2/3 है. ठीक है जी, 1/3 नहीं है, 2/3 है. सो टर्म 3 साल है, 1/3 मेंबर्स दी वोट्स दी रिक्वायरमेंट हुंदी है. अगला, भारत 22 दे कंटेक्स्ट दे विच कुछ स्टेटमेंट्स ने, एक एक्सचेंज ट्रेडेड फंड है, एक अनरिमार्केबल सिक्योरिटी है, एदा एम की है कि असी हेल्प करना है कि गवर्नमेंट दी डिस इन्वेस्टमेंट प्रोग्राम नू हेल्प कीता जावे. 1 only 2 only 2 and 3 only 1 and 3 only. हाँ जी, भारत 22, भारत 22 एक स्टेटमेंट है जड़ी तुसी करेक्ट दसनी है. एक्सचेंज ट्रेडेड फंड, अनमार्केटेबल सिक्योरिटी है, हेल्प कर दी है गवर्नमेंट नू उना दे डिस इन्वेस्टमेंट प्रोग्राम दे ली. सो करेक्ट आंसर की है 1 and 3. सो ए गलत है, अनमार्केटेबल सिक्योरिटी नहीं है, भारत 22 एक फंड है तो गवर्नमेंट नू जड़ी डिस इन्वेस्टमेंट प्रोग्राम है उदे विच हेल्प करेगी. ओके, इनोवेट इन इंडिया I3 प्रोग्राम दे रिलेटेड कुछ वो दिते हुए ने, किन्ने लॉन्च किया है, सॉरी तुसी ये दसना है किन्ना ने रिसेंटली लॉन्च किया है इनोवेट इन इंडिया I3 प्रोग्राम, नेशनल मिशन फॉर सस्टेनेबल एग्रीकल्चर, फूड सिक्योरिटी, बायोफार्मा या अटल इनोवेशन मिशन? A, B, C, या D? करेक्ट आंसर की है जी सी, नेशनल बायो फार्मा मिशन. ओके, प्राइम मिनिस्टर्स इकोनॉमिक एडवाइजरी काउंसिल, दैट इज PMECA, प्राइम मिनिस्टर्स इकोनॉमिक एडवाइजरी काउंसिल दे कंटेक्स्ट दे विच केड़ी टर्म, केड़ी स्टेटमेंट ठीक है वो तुसी दसना है. एक स्टैट्यूटरी ते परमानेंट बॉडी है, ये एनालाइज कर दिए कोई भी इकोनॉमिक इशू जिहड़ा रेफर किया जाता है प्रेजिडेंट नू, एडवाइज कर दी ए उपर. ठीक है जी, एंड सबमिट कर दी है पीरियोडिक रिपोर्ट्स किनू, प्राइम मिनिस्टर नू रिलेटेड दी माइक्रो इकोनॉमिक डेवलपमेंट एंड इशूज. सो PM इकोनॉमिक एडवाइजरी काउंसिल दे उपर कुछ स्टेटमेंट्स ने, करेक्ट आंसर की आएगा बी. ठीक है जी, 2 and 3 only. एक स्टैट्यूटरी तो परमानेंट बॉडी नहीं है. ठीक है जी, एडवाइजरी बॉडीज परमानेंट नहीं होंगी. ठीक है जी, ओके, हूँ इन्होंने केड़ी
ਜਿਹੜਾ ਪੁਆਇੰਟ ਹੈ ਉਹ ਇਨਕਰੈਕਟ ਹੈ ਅਬਾਊਟ ਆਰਬੀਆਈ ਗਵਰਨਰ। ਆਰਬੀਆਈ ਗਵਰਨਰ ਨੂੰ ਲੈ ਕੇ ਇਹਨਾਂ ਵਿੱਚੋਂ ਕਿਹੜੀ ਟਰਮ ਕਿਹੜੀ ਸਟੇਟਮੈਂਟ ਇਨਕਰੈਕਟ ਹੈ? ਹੀ ਇਜ਼ ਅ ਪਾਰਟ ਆਫ ਸਰਚ ਕਮ ਸਿਲੈਕਸ਼ਨ ਕਮੇਟੀ ਫੋਰ ਦੀ ਮੈਂਬਰਸ ਆਫ ਮੋਨੀਟਰੀ ਪਾਲਿਸੀ ਕਮੇਟੀ, ਹੈੱਡ ਕਰਦਾ ਹੈ ਮੋਨੀਟਰੀ ਪਾਲਿਸੀ ਕਮੇਟੀ ਨੂੰ, ਰਿਪ੍ਰੈਜੈਂਟ ਕਰਦਾ ਹੈ ਇੰਡੀਆ ਨੂੰ WTO ਕਾਨਫਰੰਸ ਦੇ ਵਿੱਚ, ਜਾਂ ਕਾਸਟਿੰਗ ਵੋਟ ਪਾਉਂਦਾ ਹੈ ਮੋਨੀਟਰੀ ਪਾਲਿਸੀ ਕਮੇਟੀ ਦੇ ਵਿੱਚ। ਆਪਾਂ ਨੂੰ ਪਤਾ ਹੈ ਮੋਨੀਟਰੀ ਪਾਲਿਸੀ ਕਮੇਟੀ ਇੱਕ ਅਜਿਹੀ ਕਮੇਟੀ ਹੈ ਜਿਹੜੀ ਆਪਣੀ ਮੋਨੀਟਰੀ ਪਾਲਿਸੀ ਫਰੇਮਵਰਕ ਨੂੰ ਬਣਾਉਂਦੀ ਹੈ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ ਇੰਡੀਆ ਦੇ ਵਿੱਚ, ਹੈ ਨਾ, ਮੋਨੀਟਰੀ ਸਟੈਪਸ ਦੇ ਨਾਲ। ਸੋ ਕਰੈਕਟ ਆਂਸਰ ਕੀ ਹੈ? ਰੀਪ੍ਰੈਜੈਂਟਸ ਇੰਡੀਆ WTO ਕਾਨਫਰੰਸ। ਇਹ ਬੜਾ ਹੀ ਗਲਤ ਹੈ ਕਿਉਂਕਿ ਉਹਨਾਂ ਨੇ ਇਨਕਰੈਕਟ ਪੁੱਛਿਆ ਸੀ। WTO 'ਚ ਥੋੜ੍ਹੀ ਨਾ ਰੀਪ੍ਰੈਜੈਂਟ ਕਰਦਾ RBI ਦਾ ਗਵਰਨਰ। ਠੀਕ ਹੈ ਜੀ। ਸੋਲਰ ਬਰੀਫ ਕੇਸ ਟਰਮ ਹੈ, ਸੋਲਰ ਬਰੀਫ ਕੇਸ ਦੱਸੋ ਜਲਦੀ ਜਲਦੀ ਕੀ ਹੈ? ਵਾਟ ਇਜ ਸੋਲਰ ਬਰੀਫ ਕੇਸ? ਜੀ, ਸੋ ਕਰੈਕਟ ਆਂਸਰ ਕੀ ਹੈ? ਓਨਲੀ ਵਨ। ਇਹ ਕੀ ਹੈ ਨੂੰ ਲਾਂਚ ਕੀਤਾ ਗਿਆ ਉੱਤਰਾਖੰਡ ਗਵਰਨਮੈਂਟ ਦੇ ਦੁਆਰਾ, ਐਂਡ ਇੱਕ ਚੈਰੀਟੇਬਲ ਫੰਡਿੰਗ ਏਜੰਸੀ ਹੈ ਸਵਾਨ ਕਲਚਰ ਸੈਂਟਰ ਤੇ ਫਾਊਂਡੇਸ਼ਨ ਨੇ ਮਿਲ ਕੇ ਇਹਨੂੰ ਲਾਂਚ ਕੀਤਾ ਹੈ। ਠੀਕ ਹੈ ਜੀ। ਅਗਲਾ ਸਟੈਗਫਲੇਸ਼ਨ ਕੀ ਹੁੰਦਾ? ਬੜਾ ਈਜ਼ੀ ਕੁਐਸਚਨ, ਇਹ ਤਾਂ ਇਹ ਐਕਸਪੈਕਟ ਹਰ ਇੱਕ ਬੱਚਾ ਆਂਸਰ ਦੇਗਾ। ਸੋ ਸਟੈਗਫਲੇਸ਼ਨ ਇਕੋਨਮੀ ਦਾ ਟਰਮ, ਇਕੋਨਮੀ 'ਚ ਇਨਫਲੇਸ਼ਨ, ਸਟੈਗਫਲੇਸ਼ਨ, ਹਾਈਪਰਫਲੇਸ਼ਨ, ਇਹ ਜਿਹੜੀਆਂ ਨੇ ਬੜੀਆਂ ਇੰਪੋਰਟੈਂਟ ਟਰਮਸ ਨੇ, ਇਹਨਾਂ ਨੂੰ ਛੱਡ ਕੇ ਅਸੀਂ ਕਿਸੇ ਵੀ ਕੰਡੀਸ਼ਨ 'ਚ ਨਹੀਂ ਜਾਵਾਂਗੇ। ਇਨਫਲੇਸ਼ਨ 'ਚ ਕੀ ਹੁੰਦਾ ਹੈ, ਸਟੈਗਫਲੇਸ਼ਨ 'ਚ ਕੀ ਹੁੰਦਾ ਹੈ, ਇਹ ਤੁਹਾਨੂੰ ਪਤਾ ਹੋਣਾ ਬੜਾ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ। ਸੋ ਇਟ ਇਜ਼ ਹਾਈ ਇਨਫਲੇਸ਼ਨ ਕੰਬਾਈਂਡ ਵਿਦ ਹਾਈ ਅਨਇੰਪਲੋਇਮੈਂਟ। ਹਾਈ ਇਨਫਲੇਸ਼ਨ, ਬਹੁਤ ਜ਼ਿਆਦਾ ਮਹਿੰਗਾਈ ਹੋਣੀ ਅਤੇ ਬਹੁਤ ਜ਼ਿਆਦਾ ਅਨਇੰਪਲੋਇਮੈਂਟ ਵੀ ਹੋਣਾ, ਇਹਨੂੰ ਅਸੀਂ ਸਟੈਗਫਲੇਸ਼ਨ ਵੀ ਸਟੈਗਫਲੇਸ਼ਨ ਕਹਿੰਦੇ ਹਾਂ। ਓਕੇ, ਜ਼ੀਰੋ ਹੰਗਰ ਪ੍ਰੋਗਰਾਮ ਦੇ ਕੰਟੈਕਸਟ ਦੇ ਵਿੱਚ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ, ਜਲਦੀ ਜਲਦੀ ਦੱਸ ਦਿਓ। ABCRD, ਇੰਡੀਆਜ਼ ਐਂਬੀਸ਼ੀਅਸ ਜ਼ੀਰੋ ਹੰਗਰ ਪ੍ਰੋਗਰਾਮ ਇੰਟਰਵੈਂਸ਼ਨ ਫਾਰਮ ਸੈਕਟਰ ਨੂੰ ਲਾਂਚ ਕੀਤਾ ਗਿਆ ਕਿ ਅਸੀਂ ਐਗਰੀਕਲਚਰ, ਨਿਊਟ੍ਰੀਸ਼ਨ ਅਤੇ ਹੈਲਥ ਉੱਪਰ ਫੋਕਸ ਕਰੀਏ। ਇੱਕ ਫਾਰਮ ਬੇਸਡ ਪ੍ਰੋਗਰਾਮ ਹੈ ਜਿਹੜਾ ਕਿ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਨਾਲ ਨੂੰ ਧਿਆਨ 'ਚ ਰੱਖਦੇ ਹੋਏ ਸਟਾਰਟ ਕੀਤਾ ਗਿਆ ਤਾਂ ਕਿ ਹੰਗਰ ਨੂੰ ਐਂਡ ਕੀਤਾ ਜਾਏ ਬਾਈ 2030। ਐਂਡ ਇਹਦਾ ਇਨੀਸ਼ੀਏਟਿਵ ਕੀ ਹੈ, ਸੋਰੀ, ਇਹ ਇੰਡੀਅਨ ਕਾਊਂਸਲ ਆਫ ਐਗਰੀਕਲਚਰ ਰਿਸਰਚ ਦਾ ਇਨੀਸ਼ੀਏਟਿਵ ਹੈ। ਹਾਂਜੀ, ਬਿਲਕੁਲ। ਸਟੈਗਨੈਂਟ ਗਰੋਥ, ਸਟੈਗਨੈਂਟ, ਸਟੈਗ ਮੀਨਸ ਸਟੈਗਨੈਂਟ ਗਰੋਥ ਅਲੋਂਗ ਵਿਦ ਹਾਈ ਇਨਫਲੇਸ਼ਨ ਐਂਡ ਹਾਈ ਅਨਇੰਪਲੋਇਮੈਂਟ। ਠੀਕ ਹੈ ਜੀ, ਵੈਰੀ ਗੁੱਡ ਅਨੋਨਮਸ। ਹਾਂਜੀ, ਕਿਆ ਹੋਊਗਾ ਜੀ ਕਰੈਕਟ ਆਂਸਰ? ਓਕੇ ਜੀ, ਸੋ ਆਲ ਆਫ ਦੀਜ਼ ਆਰ ਕਰੈਕਟ। ਠੀਕ ਹੈ ਜੀ, ਆਪਾਂ ਨੂੰ ਪਤਾ ਹੈ ਸਸਟੇਨੇਬਲ ਡਿਵੈਲਪਮੈਂਟ ਗੋਲ ਹੈਗਾ ਆਪਣਾ ਟੂ ਐਂਡ ਦੀ ਹੰਗਰ। ਅੱਛਾ, ਇੱਥੇ ਤੁਹਾਡੇ ਕੋਲ ਕੁਐਸਚਨ ਆ ਜਾਂਦਾ, ਇਹ ਸਸਟੇਨੇਬਲ ਡਿਵੈਲਪਮੈਂਟ ਗੋਲ ਨੰਬਰ ਕਿੰਨਾ ਹੈ? ਹਾਂਜੀ, ਵੈਦਰ ਇਟ ਇਜ਼ ਫਸਟ, ਸੈਕਿੰਡ, ਥਰਡ, ਫੋਰਥ, ਕਿਹੜਾ ਗੋਲ ਹੈ ਕਿ ਅਸੀਂ ਹੰਗਰ ਨੂੰ ਐਂਡ ਕਰਨਾ, ਇਹ ਤੁਸੀਂ ਦੱਸਣਾ ਹੈ। ਓਕੇ, ਨੈਕਸਟ ਦੇਖਾਂਗੇ ਸੀਜ਼ਨਲੀ ਐਡਜਸਟਡ ਨਿਕਾਏ ਇੰਡੀਆ ਸਰਵਿਸ ਬਿਜ਼ਨਸ ਐਕਟੀਵਿਟੀ ਇੰਡੈਕਸ ਸ਼ੋਨ ਦੀ ਰੋਬਸਟ ਗਰੋਥ ਇਨ ਦਾ ਸਰਵਿਸ ਸੈਕਟਰ ਦਾ ਇੰਡੈਕਸ। ਸੋ ਬੇਸਿਕਲੀ ਕੀ ਹੈ, ਇਹ ਇੰਡੈਕਸ ਦੀ ਗੱਲ ਹੋ ਰਹੀ ਹੈ, ਇੱਕ ਇੰਡੈਕਸ ਹੈ ਜਿਹੜਾ ਕਿਹੜਾ ਹੈ, ਨਿਕਾਈ ਇੰਡੈਕਸ ਸਰਵਿਸ ਬਿਜ਼ਨਸ ਐਕਟੀਵਿਟੀ ਇੰਡੈਕਸ। ਠੀਕ ਹੈ ਜੀ, ਜਿਹਦੇ ਨਾਲ ਅਸੀਂ ਸਰਵਿਸ ਸੈਕਟਰ ਦੇ ਵਿੱਚ ਗਰੋਥ ਨੂੰ ਮੈਜ਼ਰ ਕੀਤਾ, ਤੇ ਇਹ ਪੁੱਛ ਰਹੇ ਨੇ ਕਿ ਇਹ ਇੰਡੈਕਸ ਕਦੋਂ ਤੋਂ ਸਟਾਰਟ ਹੋਇਆ। ਠੀਕ ਹੈ ਜੀ, ਇਹਦੀ ਗਰੋਥ ਕਦੋਂ ਤੋਂ ਦੇਖਣ ਨੂੰ ਮਿਲੀ ਹੈ? ਸੋ ਕਰੈਕਟ ਆਂਸਰ ਕੀ ਆਏਗਾ? June 2017. ਓਕੇ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਮਹਾਰਤਨ ਕੰਪਨੀ, ਇਹਨਾਂ ਵਿੱਚੋਂ ਕਿਹੜੀ ਜਿਹੜੀ ਹੈ ਮਹਾਰਤਨ ਇੰਡਸਟਰੀ ਨਹੀਂ ਹੈ? ਖੇਲ, ਕੋਲ, ਸੇਲ ਜਾਂ ਏਅਰਪੋਰਟ ਅਥਾਰਿਟੀ ਆਫ ਇੰਡੀਆ? ਆਪਾਂ ਨੂੰ ਪਤਾ ਹੈ ਇੰਡੀਆ ਦੇ ਵਿੱਚ ਮਹਾਰਤਨ, ਮਨੀ ਰਤਨਾ ਕੰਪਨੀਜ਼ ਹੁੰਦੀਆਂ ਨੇ। ਸੋ ਮਹਾਰਤਨ ਕੰਪਨੀ ਇਹਨਾਂ ਵਿੱਚੋਂ ਕਿਹੜੀ ਨਹੀਂ ਹੈ, ਉਹ ਤੁਸੀਂ ਦੱਸਣੀ ਹੈ, ਵੈਦਰ ਇਟ ਇਜ਼ ABCOD। ਸੋ ਜਲਦੀ ਆਂਸਰ ਦੇ ਦਿਓ। ਹੁਣ ਜਿਹੜੇ ਆਂਸਰ ਨਹੀਂ ਆ ਰਹੇ, ਬਈ ਉਹਨੂੰ ਯਾਦ ਕਰਕੇ ਕਮੈਂਟ 'ਚ ਟਾਈਪ ਕਰੀ ਜਾਓ, ਤਾਂ ਹੀ ਯਾਦ ਹੋਣਗੀਆਂ, ਇੱਦਾਂ ਤਾਂ ਹੁਣੇ ਹੀ ਨਹੀਂ ਯਾਦ। ਕਰੈਕਟ ਆਂਸਰ ਕੀ ਆਏਗਾ? ਏਅਰਪੋਰਟ ਅਥਾਰਿਟੀ ਆਫ ਇੰਡੀਆ। ਵੈਰੀ ਗੁੱਡ। ਕਿਹੜਾ ਇਨਸੈਕਟੀਸਾਈਡ ਹੈ ਜਿਹਨੂੰ ਬੈਨ ਕੀਤਾ ਗਿਆ ਪੰਜਾਬ ਗਵਰਨਮੈਂਟ ਨੇ ਕਿ ਤੁਸੀਂ ਐਗਰੀਕਲਚਰ ਯੂਜ਼ ਨਹੀਂ ਕਰਨਾ? ਥ੍ਰੈਂਬਾਸਾਈਡ, ਐਂਡੋਸਲਫਾਨ, ਯੂਰੀ ਫ੍ਰੋਕਸ ਜਾਂ ਬੀ ਕਲਾਡੇ, ਕੈਲ ਐਲਡੀਹਾਈਡ ਜਾਂ ਬੈਕ ਐਲਡੀਹਾਈਡ, ਇਹਨੂੰ ਅਸੀਂ ਬੈਕ ਐਲਡੀਹਾਈਡ ਹੀ ਪੜ੍ਹਦੇ ਹਾਂ। ਹਾਂਜੀ, ਕਰੈਕਟ ਆਂਸਰ ਕੀ ਆਏਗਾ? ਐਂਡੋਸਲਫਾਨ। ਐਂਡੋਸਲਫਾਨ ਜਿਹੜਾ ਹੈ ਉਹ ਪੰਜਾਬ ਗਵਰਨਮੈਂਟ ਨੇ ਬੈਨ ਕੀਤਾ ਹੋਇਆ ਕਿ ਤੁਸੀਂ ਇਹਨੂੰ ਐਗਰੀਕਲਚਰ 'ਚ ਯੂਜ਼
नहीं कर सकते, ठीक है ना। ओके, पंजाब गवर्नमेंट ने एक न्यू टैक्स लेके आई सी, इनकम पेइंग जेड़े टैक्स पेज जेड़े अपने प्रोफेशंस, ट्रेड, कॉलिंग, एम्प्लॉयमेंट्स दे विच सिगे होना वास्ते बजट 2018 ते 2019 दे विच इट टैक्स केड़ा सी, एजुकेशन टैक्स, एंटरटेनमेंट टैक्स, डेवलपमेंट टैक्स या नन ऑफ दीज। सो करेक्ट आंसर की आएगा डेवलपमेंट टैक्स। When a ball drops on the floor, it bounces. This is according to the very easy question. Basic science का question है कि जो तो ball नीचे गिर दी है तो दोबारा ऊपर वो bounce back कर दी है। देखिए केड़ा principle लग गया है। Newton का पहला law है, दूसरा है, तीसरा या ball elastic है, ता है। बड़ा सौखा question है। जल्दी तो पहला answer दे देंगे। And A ता आना ही चाहिए, I think सबनु। सो सी इज द करेक्ट आंसर। न्यूटन का थर्ड लॉ ऑफ मोशन है जिहड़े गल कहिंदा है। थर्ड लॉ की कहिंदा है? हर एक एक्शन का इक्वल एंड ऑपोजिट रिएक्शन होएगा। एवरी एक्शन हैज इक्वल एंड ऑपोजिट रिएक्शन। उस तो बाद हाइड्रोलिक ब्रेक्स जिहड़ियां यूज कीतियां जांदियां ने ऑटोमोबाइल्स दे विच, वो डायरेक्टली एप्लीकेशन है। असीं किहड़ा प्रिंसिपल अप्लाई करदे हां? आर्किमिडीज, टर्सिलीज या बर्नौलीज या पास्कल लॉ। हाँ जी, हाइड्रोलिक ब्रेक्स जिन्ना ही यूज किया जाता है ऑटोमोबाइल्स दे विच, वो बेस्ट एप्लीकेशन ने पास्कल लॉ दिया। वेलोसिटी ऑफ साउंड इन एयर डजंट डिपेंड ऑन, वेलोसिटी कितने डिपेंड नहीं करती ए पूछा गया, डज नॉट डिपेंड ऑन डेंसिटी ऑफ एयर, टेम्परेचर ऑफ एयर, प्रेशर ऑफ एयर या ह्यूमिडिटी ऑफ एयर। फटाफट आंसर दे दो। सो करेक्ट आंसर की है जी प्रेशर ऑफ एयर। वेलोसिटी प्रेशर पे थोड़ी ना डिपेंड करती है, डेंसिटी पे करेगी, ह्यूमिडिटी पे करती है, ठीक है जी। ओके, व्हाट हैपेंस व्हेन अ लाइट ट्रैवल्स फ्रॉम एयर टू ग्लास, जो तो लाइट एयर टू ग्लास आएगी यानी कि लेस रेयरर मीडियम टू मोर डेंसर मीडियम, ठीक है जी। लेस रेयरर मीडियम या रेयरर मीडियम टू डेंसर मीडियम आएगी की होएगा, इट बेंड टूवर्ड द नॉर्मल, इट बेंड्स अवे फ्रॉम द नॉर्मल, देर इज नो चेंज या पैरेलल हो जाएगी टू द नॉर्मल लाइन। वेरी इजी क्वेश्चन। रिफ्रेक्टिव इंडेक्स बारे तुसी पढ़िया होना, साइंस की बुक दे विच एक क्वेश्चन है, टेंथ की बुक। हाँ, सो करेक्ट आंसर की है इट बेंड टूवर्ड्स द नॉर्मल, जेड़ा वो ग्लास स्लैब वाला कर दे होना एक्सपेरिमेंट, 90 डिग्रीज ऐ आएगी लाइन फिर ऐ जाती है, वो वाला आंसर है। ओके, विच ऑफ द फॉलोइंग मेडिकल प्रोसीजर यूज द प्रिंसिपल ऑफ टोटल इंटरनल रिफ्लेक्शन, इन्हों विचों केड़े जेड़े ने टोटल इंटरनल रिफ्लेक्शन का प्रिंसिपल यूज करते हैं। टोटल इंटरनल रिफ्लेक्शन की हुंदा, एक सिंगल पाइप जिचो तुसी लाइट पास कराई वो एवें एवें इंटरनली रिफ्लैक्ट होकर बाहर निकलेगी, इनू असी टोटल इंटरनल रिफ्लैक्शन कहने, ठीक है जी। सो करेक्ट आंसर की है एंडोस्कोपी। एंडोस्कोपी लाइफ हाफ लाइफ पीरियड ऑफ रेडियो एक्टिव सब्सटेंस जेड़ा है 70 डेज है। 1 ग्राम जेड़ा है वो 0.25 ग्राम बन जाएगा आफ्टर हाउ मेनी डेज, 140 डेज, 70 डेज, 110 डेज, 210 डेज या 280 डेज। करेक्ट आंसर की है जेड़ा एक हाफ लाइफ है रेडियो एक्टिव सब्सटेंस की 70 दिन है, है ना। तो 0.5 ग्राम और जो सब्सटेंस है 0.5 ग्राम बन जाएगा कि 140 डेज दे विच। ओके, आयोडाइज सॉल्ट है ना, ये बारे तुम सुनिया होना है, आयोडीन वाला सॉल्ट खाना। आयोडाइज सॉल्ट जिम्मे टाटा नमक बारे आप सुनते हैं, टाटा नमक की है आयोडाइज सॉल्ट है, वो की होंगे पोटाशियम आयोडाइड तो कॉमन सॉल्ट का मिक्सचर होंगे है, मोलीकुलर आयोडाइड होंगी है तो कॉमन सॉल्ट, ते मोलीकुलर आयोडाइड ते कॉमन सॉल्ट का मिक्सचर होएगा या सिर्फ और सिर्फ पोटाशियम आयोडाइड होएगी। हाँ जी, आयोडाइड सॉल्ट इज अ मिक्सचर ऑफ पोटाशियम आयोडाइड ते कॉमन सॉल्ट। वेरी गुड गोविंद, ए इज द करेक्ट आंसर। ओके, विनेगर, विनेगर इज अ सोल्यूशन ऑफ, विनेगर दे विच की हुंदा है 50-20% एसिटिक एसिड इन वाटर, 25-30, 50-40-45 हर वारी विनेगर की हुंदा एसिटिक एसिड ही हुंदा है किदे च वाटर दे विच। यस,
A, B, C, or D. So correct answer is A. 5-20% of acetic acid in water milke vinegar banaunda hai. Litmus. Asi padde ya na litmus as an indicator we use hunda hai. Litmus nu obtain kita janda hai from bacterium, fungus, alga ya lichen. Haan ji, very easy question. Litmus. Correct answer ki aayega ji, lichen. अगला देखांगे अनडैमेज ब्लड वेसल कन्वर्जन टू प्रो थोरोबियम बिन टू थोरोबियम इज प्रिवेंटेड बाय फाइब्रोनोजेन कैल्शियम फैक्टर 6 या हाइपरिन कि जेडी अनडैमेज ब्लड वेसल्स है ना जेड़ा कन्वर्ट की कर देने प्रो थोरोबियम नू थोरोबियम दे विच एनू प्रिवेंट कीता जाएगा बाय हाइपरिन ठीक है जी ठीक है जी हुण बहुत सारे क्वेश्चंस ने जिहड़े तुहानूं विचों नहीं आंदे सी उहनां नूं याद कर लियो क्लास नूं दुबारा एक बारी देखियो स्पीड ते लगा के भावें 2x ते लगा के देख लेना चीज़ां नूं याद कर लेना क्योंकि ये प्रीवियस ईयर क्वेश्चंस ने इहनां नूं छड्ड के तां बिल्कुल भी नहीं जाना ठीक है जी इहनां नूं असीं छड्डना नहीं है किसी भी कंडीशन ते तुसीं इहनूं नहीं छड्डोगे ते इहदे आंसर्स नूं जरूर याद करोगे ठीक है जी ते हुण आपां कर देंगे सैशन नूं रेट विद 5 स्टार्स ते उहदे नाल नाल नाइब दिया टेस्ट सीरीज ते ऑफ चल रहा है मेजर ऑफ 499 दा थोड़े दिन दे लिए ही लिमिटेड ऑफर है ते एदे विच तुहानू मॉक टेस्ट प्लस सेक्शन टेस्ट सेक्शन बेस्ड टेस्ट भी सारे इंक्लूड मिलते हैं सो हले भी टाइम है 20-25 दिन हैगे ने 20 दिन हैगे ने 20-15 दिन ला लो 15-20 दिन हैगे ने ते तुसी जिन्ने ज्यादा टेस्ट ला सकदे हो उन्ने लगाओ पेपर पैटर्न के अकॉर्डिंगली डिजाइन टेस्ट सीरीज ने क्योंकि ये ना हो कि तुसी पीपीएससी का पेपर देना तो तुसी टेस्ट सीरीज PSSB के लेवल की कर रहे हो बहुत ही गलत चीज़ है तो हमेशा पेपर लेवल के अकॉर्डिंग टेस्ट सीरीज करो वो अगर तुसी इदा करते हो कि तुसी PSSB के लेवल की टेस्ट सीरीज सॉल्व कर रहे हो तो तुसी अपने आप में धोखा दे रहे हो ठीक है ना अपना टाइम वेस्ट कर रहे हो अपना धोखा अपने आप में धोखा दे रहे हो वो काम असी नहीं करना तो पेपर पैटर्न के डिजाइन टेस्ट सीरीज ही लावांगे तो ये रोज़ हूँ 8 बजे मॉर्निंग 8 बजे जब तक पेपर नहीं हो जाता तद तक इदा ही असी मॉक टेस्ट सॉल्व करया करांगे ते तुहानू चीज़ां याद करावांगे ठीक है जी सो जिन्हां ने हले तक सैशन नूं शेयर नहीं कीता सी शेयर कर देना ताकि बाद च बच्चे देख लें ते सैशन नूं लाइक करना नहीं भुलांगे जी बाय टेक केयर सी यू ऑल टुमोरो एट 8